ਆਪਣੇ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ ਸੁਪਾਲ। ਸੋਨੂੰ ਵੀ ਬਹੁਤ ਬਹੁਤ ਵਧਾਈਆਂ। ਮੈਂ ਤਾਂ ਕਹਿੰਦੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ, ਮੇਰੀ ਉਮਰ ਵੀ ਸੋਨੂੰ ਲੱਗ ਜੇ। ਸਤਿ ਸ਼੍ਰੀ ਅਕਾਲ ਜੀ, ਆ ਜਾਓ ਜੀ। ਬਹਿ ਜਾਓ ਬਾਈ, ਮੈਂ ਜੀ ਬਹਿ ਜਾ, ਮੈਂ ਕੁਰਸੀ ਲਿਆਉਣੀ ਹੈ। ਸਤਿ ਸ਼੍ਰੀ ਅਕਾਲ ਖੜ ਜਾ ਬਾਈ। ਦੇਖੋ ਪੈਰ 'ਚ ਫਸ ਗਈ, ਚਲਾ ਗਾ ਤੂੰ ਵੀ ਕੁਰਸੀ ਦੇ। ਕੋਈ ਹੋਰ ਗਾਗਨ ਉੱਥੇ ਸਾਰੇ ਠੀਕ ਠਾਕ ਤੇ? ਹਾਂ ਬੇਬੇ ਠੀਕ ਠਾਕ ਸੀ ਸਾਰੇ। ਪਹਿਲਾਂ ਤਾਂ ਅਸੀਂ ਕੱਲ੍ਹ ਆਉਣਾ ਸੀ, ਫਿਰ ਸਾਡੀ ਮਾਮੀ ਆ ਗਈ ਤੇ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ। ਮੈਂ ਆਖਿਆ ਚੱਲ ਕੱਲ੍ਹ ਨੂੰ ਵਗ ਚੱਲਾਂਗੇ ਨਾ। ਚੱਲ ਵਧੀਆ ਕਰਿਆ ਪੁੱਤ ਆ ਗਏ, ਸਾਡਾ ਵੀ ਕਈ ਦਿਨਾਂ ਦਾ ਮਨ ਜਾ ਅਰਦਾਸ ਸੀ ਦੋਨੇ ਜਣੀਆਂ ਦਾ। ਹਾਂ ਹਾਂ ਬੇਬੇ, ਤਾਂ ਹੀ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਉਹਨਾਂ ਕੋਲ ਜਾ ਕੇ ਆਈਏ, ਲਾ ਕੇ ਆਈਏ ਇੱਕ ਨਾ ਅੱਧਾ ਦਿਨ। ਅੱਛਾ ਚਲੋ ਪਾਣੀ ਦੇ ਕੇ ਆਉਂਦੀ ਹਾਂ ਬੇਬੇ। ਕਿਵੇਂ ਬੇਬੇ ਲੱਗਿਆ ਬਾਈ ਹੋਰਾਂ ਦਾ ਕੋਈ ਪਤਾ ਕੀ ਕਹਿੰਦੇ ਫਿਰ ਹੁਣ? ਕੋਈ ਪਤਾ ਨਹੀਂ ਲੱਗਿਆ ਪੁੱਤ, ਹਜੇ ਤਾਂ ਪੰਮੀ ਨਾਲ ਥੋੜੇ ਜਿਹੇ ਦਿਨ ਪਹਿਲਾਂ ਗੱਲ ਹੋਈ ਸੀ, ਉਹ ਵੀ ਕਹਿੰਦੀ ਕੋਈ ਪਤਾ ਨਹੀਂ ਲੱਗ ਰਿਹਾ। ਹੋਰ ਬਾਲਾ ਔਖਾ ਹੋਇਆ ਪਿਆ ਬੇਬੇ, ਕੀ ਬਣੂਗਾ? ਕਦੇ ਕਹਿ ਦਿੰਦੇ ਨੇ ਛੱਡ ਦੇਣਗੇ, ਕਦੇ ਕਹਿ ਦਿੰਦੇ ਨੇ ਛੱਡਦੇ ਨਹੀਂ। ਹੋਰ ਪੁੱਛਣਾ ਪੁੱਤ, ਮਰ ਜਾਣੀਆਂ ਸਰਕਾਰਾਂ ਪਤਾ ਨਹੀਂ ਕੀ ਕਰ ਰਹੀਆਂ ਨੇ ਆਪਣੀਆਂ, ਇਹ ਵੀ ਨਹੀਂ ਕੁਛ ਕਰਦੀਆਂ। ਜੇ ਜ਼ੋਰ ਪਾਉਣ ਛਡਵਾ ਤਾਂ ਸਕਦੇ ਨੇ ਇਹ, ਪਤਾ ਨਹੀਂ ਕੀ ਚਾਹੁੰਦੇ ਨੇ ਇਹ ਵੀ। ਉਹੀ ਤਾਂ ਗੱਲ ਹੈ ਬੇਬੇ। ਸਰਕਾਰ ਤਾਂ ਆਪਣੀ ਵੀ ਬੇਬੇ ਜ਼ੋਰ ਤਾਂ ਪਾਈ ਜਾਂਦੀ ਹੈ ਵੀ ਛੱਡ ਦਿਓ ਛੱਡ ਦਿਓ। ਇਹ ਸਾਲੀ ਪਾਕਿਸਤਾਨ ਵਾਲੀ ਸਰਕਾਰ ਨਹੀਂ ਰਾਹ ਦਿੰਦੀ ਬੇਬੇ, ਕਿਤੇ ਤਾਂ ਕਹਿੰਦੇ ਨੇ ਛੱਡ ਦਾਂਗੇ ਬੰਦੇ, ਕਿਤੇ ਕਹਿੰਦੇ ਨੇ ਜਸੂਸ ਨੇ ਇਹ। ਜਸੂਸ ਕਿਹੜੇ ਨੇ ਪੁੱਤੇ ਇਹ ਵਿਚਾਰੇ, ਕਿਹੜੇ ਨੇ ਜਸੂਸੀ ਕਰਨ ਵਾਲੇ, ਇਹ ਤਾਂ ਗਲਤੀ ਨਾਲ ਬਾਰਡਰ ਟੱਪ ਬੈਠੇ। ਉਹ ਤਾਂ ਪਤੀ ਹੈ ਬੇਬੇ, ਉਹ ਤਾਂ ਆਪਾਂ ਨੂੰ ਵੀ ਪਤਾ ਵੀ ਉਹ ਗਲਤੀ ਨਾਲ ਟੱਪ ਗਏ ਸਾਲੇ, ਉਹ ਤਾਂ ਨਹੀਂ ਮੰਨਦੇ। ਉਹੀ ਤਾਂ ਗੱਲ ਹੈ, ਗੱਲ ਤਾਂ ਤੁਹਾਡੀ ਸਹੀ ਹੈ, ਉਹ ਨਹੀਂ ਨਾ ਮੰਨਦੇ, ਗੱਲ ਤਾਂ ਉਹਨਾਂ ਦੇ ਮੰਨਣ ਦੀ ਹੈ। ਹੁਣ ਜੱਸੇ ਬਾਈ ਹੋਰਾਂ ਨੇ ਕਿਹੜਾ ਉਹਨਾਂ ਨੂੰ ਸਾਰਾ ਕੁਛ ਦੱਸਿਆ ਨਹੀਂ ਹੋਣਾ, ਸਾਰਾ ਕੁਛ ਦੱਸਿਆ ਹੀ ਹੋਊਗਾ, ਕਿਹੜਾ ਨਹੀਂ ਦੱਸਿਆ। ਲਹੋਰ ਹੁਣ ਦੱਸਿਆ ਤਾਂ ਹੋਊਗੀ। ਹੁਣ ਤਾਂ ਅਖਬਾਰਾਂ 'ਚ ਵੀ ਆ ਗਿਆ ਸੀ ਵੀ ਜਿਹੜੇ ਪਾਕਿਸਤਾਨ ਨੇ ਦੋ ਭਾਰਤੀ ਫੜੇ ਨੇ ਬਾਰਡਰ ਟੱਪਦੇ, ਉਹ ਭਾਰਤੀਆਂ ਦਾ ਕਹਿਣਾ ਵੀ ਇਸ ਤਾਂ ਕਬੂਤਰ ਫੜਨ ਗਏ ਸੀ। ਜੇ ਉਹ ਮੰਨਣ ਤਾਂ ਹੀ ਹੈ ਨਾ, ਰੌਲਾ ਤਾਂ ਆਹੀ ਹੈ। ਹਾਂ ਗੱਲ ਤਾਂ ਆਹੀ ਹੈ, ਜੇ ਉਹ ਮੰਨਣ ਫੇਰ ਹੈ। ਬਾਲੀ ਵੱਡੀ ਗਲਤੀ ਕਰ ਬੈਠੇ ਪਤੰਦਰ, ਕਬੂਤਰਾਂ ਦਾ ਸ਼ੌਂਕ ਦੇਖ ਲੈ ਕਿੱਥੋਂ ਕਿੱਥੇ ਤੱਕ ਲੈ ਗਿਆ। ਉਹੀ ਤਾਂ ਗੱਲ ਹੈ ਪੁੱਤ, ਮੈਂ ਤਾਂ ਉਹ ਦਿਨ ਨੂੰ ਅੱਜ ਤੱਕ ਵੀ ਪਛਤਾਈ ਜਾਂਦੀ ਹਾਂ ਵੀ ਮੈਂ ਉਹਨੂੰ ਕਾਹਨੂੰ ਭੇਜਣਾ ਤੇ ਉਹਦੀ ਭੂਆ ਕੋਲੇ। ਹੁਣ ਆਪਾਂ ਨੂੰ ਕਿਹੜਾ ਪਤਾ ਸੀ ਬੇਬੇ ਵੀ ਆਹ ਕੁਛ ਹੋ ਜੂਗਾ? ਜੇ ਪਤਾ ਹੁੰਦਾ ਭੈਣੇ ਕਾਹਨੂੰ ਭੇਜਦੇ, ਇਸ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਆਹ ਕੰਮ ਬਣ ਜੂਗਾ ਐਡਾ ਵੱਡਾ। ਇਹ ਮੈਨੂੰ ਬੈਠੇ ਬੈਠੇ ਕਹਿੰਦੇ, ਭੂਆ ਨੇ ਕਿੰਨੇ ਵਾਰੀ ਕਹਿਤਾ ਵੀ ਭੂਆ ਕੋਲੇ ਜਾ ਕੇ ਆਈਏ, ਨਾਲੇ ਵਿੰਦਰ ਕਹਿੰਦਾ ਸੀ। ਮੈਂ ਆਖਿਆ ਚੱਲ ਦੇਖ ਲਓ, ਇਹਨਾਂ ਨੇ ਬੇਬੇ ਨੂੰ ਪੁੱਛ ਲਿਆ, ਮੈਂ ਬੇਬੇ ਨੂੰ ਪੁੱਛ ਲਓ ਚੱਲ। ਆਹੋ ਮੈਨੂੰ ਕਹਿੰਦਾ ਬੇਬੇ ਮੈਂ ਤੇ ਸੁਖਪਾਲ ਭੂਆ ਕੋਲੇ ਜਾ ਆਈਏ, ਬਿੰਦਰ ਕਹੀ ਜਾਂਦਾ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ। ਮੈਂ ਆਖਿਆ ਚੱਲ ਪੁੱਤ ਜਾ ਆਓ, ਮੈਨੂੰ ਕੀ ਪਤਾ ਤੀ ਵੀ ਮਾੜਾ ਟਾਈਮ ਖਿੱਚ ਕੇ ਲਿਜਾਈ ਜਾਂਦਾ। ਮਾੜੇ ਟਾਈਮ ਦਾ ਕਿਹੜਾ ਪਤਾ ਲੱਗਦਾ ਬੇਬੇ, ਮਾੜਾ ਟਾਈਮ ਕਿਹੜਾ ਕਿਸੇ ਨੂੰ ਪੁੱਛ ਕੇ ਆਉਂਦਾ, ਇਹਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਬੇਬੇ। ਹੁਣ ਬਿੰਦਰ ਬਾਈ ਨੂੰ ਕਬੂਤਰਾਂ ਦਾ ਸ਼ੌਂਕ ਸੀ, ਇੱਧਰੋਂ ਜੱਸੇ ਬਾਈ ਨੂੰ ਸੀ, ਇਹ ਤਾਂ ਕਿਤੇ ਪਿੰਡ 'ਚ ਫਿਰਦੇ ਤੀ ਇਹਨਾਂ ਨੂੰ ਕਬੂਤਰ ਦਿਸ ਗਿਆ।
ਬਿੰਦਰ ਕਹਿੰਦਾ ਤਾਂ ਬਾਜੀ ਵਾਲਾ ਕਬੂਤਰ ਹੈ, ਫੜੀਏ ਨਾ ਆਪਾਂ। ਇਹ ਤਾਂ ਕਬੂਤਰ ਦੇ ਮਾਂਗਰ ਮਾਂਗਰ ਕਿਤੇ ਬਾਰਡਰ ਟੱਪ ਗਏ, ਉੱਧਰੋਂ ਫਿਰ ਪਾਕਿਸਤਾਨੀ ਰੇਂਜਰਾਂ ਨੇ ਫੜ ਲਏ। ਬੇਬੇ ਕਬੂਤਰ ਵਾਲਿਆਂ ਦਾ ਧਿਆਨ ਹੀ ਉੱਧਰ ਹੋ ਜਾਂਦਾ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਥੇ ਤੁਰੇ ਫਿਰਦੇ ਹਾਂ। ਬਾਹਲੀ ਵੱਡੀ ਗਲਤੀ ਕਰ ਬੈਠੇ ਤਾਂ ਵੀ ਪਤੰਦਰੋ, ਤੁਸੀਂ ਮਾੜਾ ਮੋਟਾ ਧਿਆਨ ਤਾਂ ਰੱਖੋ, ਬਾਰਡਰ ਤੇ ਪਿੰਡ ਹੈ ਤੁਹਾਡਾ। ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਪਤਾ ਉੱਥੇ ਲੱਗਦਾ ਹੀ ਨਹੀਂ ਵੀ ਆਪਣਾ ਪਾਸਾ ਕਿਹੜਾ ਉਹਨਾਂ ਦਾ ਪਾਸਾ ਕਿਹੜਾ। ਕਈ ਵਾਰੀ ਤਾਂ ਬੰਦੇ ਨੂੰ ਐਂ ਲੱਗਦਾ ਹੈ ਵੀ ਅਸੀਂ ਆਪਦੀ ਜ਼ਮੀਨ 'ਚ ਤੁਰੇ ਫਿਰਦੇ ਹਾਂ, ਆਹੀ ਤਾਂ ਉਹ ਗਲਤੀ ਕਰ ਬੈਠੇ ਦੋਨੇ ਜਣੇ। ਉਹੀ ਤਾਂ ਗੱਲ ਹੈ ਪੁੱਤ, 2 ਸਾਲ ਹੋ ਗਏ ਪਾਕਿਸਤਾਨ ਦੀ ਜੇਲ੍ਹ 'ਚ ਬੈਠਿਆਂ ਨੂੰ, ਤੇਰੀ ਭੂਆ ਵੀ ਵਿਚਾਰੀ ਡੀਕਦੀ ਮਰ ਗਈ ਵੀ ਹੁਣ ਆ ਜੂਗਾ ਹੁਣ ਆ ਜੂਗਾ, ਛੱਡ ਦੇਣਗੇ ਛੱਡ ਦੇਣਗੇ। ਹੋਰ ਬੇਬੇ, ਭੂਆ ਦਾ ਘਰ ਤਾਂ ਪੁੱਜੜ ਗਿਆ, ਹੁਣ ਭੂਆ ਦੇ ਮਰਨ ਮਗਰੋਂ ਇਕੱਲੀ ਪੰਮੀ ਭਾਬੀ ਰਹਿ ਗਈ, ਉਹ ਕੀ ਕਰਦੀ, ਉਹ ਵੀ ਵਿਚਾਰੀ ਪੇਕੇ ਵਾਗੀ, ਹੋਰ ਉਹ ਕਿੱਥੇ ਜਾਂਦੀ, ਹੋਰ ਕੋਈ ਵਿਚਾਰੀ ਨੂੰ ਚਾਰਾ ਹੀ ਨਹੀਂ ਸੀ। ਹੋਰ ਉਹ ਕੀ ਕਰਦੀ ਵਿਚਾਰੀ, ਉਹਦੇ ਕਿਹੜਾ ਸਾਰੇ ਦੀ ਗੱਲ ਰਹੀ ਤੀ ਕੋਈ, ਹਾਨੀ ਸਾਰ ਨੂੰ ਗਈ ਹੈ, ਐਂ ਤੀ ਵੀ ਹੁਣ ਛੱਡ ਦੇਣਗੇ ਹੁਣ ਛੱਡ ਦੇਣਗੇ। 2 ਸਾਲ ਹੋ ਗਏ ਪੁੱਤ ਬੈਠਿਆਂ ਨੂੰ, ਮੈਨੂੰ ਤਾਂ ਆਪ ਫਿਕਰ ਲੱਗਿਆ ਪਿਆ, ਕਦੇ ਕਹਿੰਦੇ ਨੇ ਛੱਡ ਦਾਂਗੇ ਕਦੇ ਕਹਿੰਦੇ ਨੇ ਛੱਡਦੇ ਨਹੀਂ, ਮੈਨੂੰ ਤਾਂ ਆਪ ਐਂ ਲੱਗਦਾ ਮੈਂ ਆਪਦੇ ਪੁੱਤ ਦੀ ਡੀਕ 'ਚ ਕਿਤੇ ਮੈਂ ਵੀ ਨਾ ਵਗ ਜਾਂ। ਚੱਲ ਬੇਬੇ ਰੋ ਨਾ, ਬਸ ਕਰ, ਕੋਈ ਨਾ ਹੋ ਜੂ ਸਭ ਠੀਕ, ਚੁੱਪ ਕਰ ਭਾਬੀ, ਰੋ ਨਾ ਰੋ ਨਾ, ਕੋਈ ਨਾ ਪਰਮਾਤਮਾ ਕਰੂ ਠੀਕ। ਹੋਰ ਭੈਣੇ ਰੋ ਨਾ, ਕਰੂਗਾ ਪਰਮਾਤਮਾ ਠੀਕ। ਕੋਈ ਨਾ, ਤੁਸੀਂ ਪਰਮਾਤਮਾ ਤੇ ਭਰੋਸਾ ਰੱਖੋ ਭਾਬੀ, ਚੁੱਪ ਕਰ ਜਾ, ਆਜੂਗਾ ਬਾਈ, ਕਰ ਜਾ ਚੁੱਪ, ਕੋਈ ਨਾ ਆਜੂਗਾ। ਕੋਈ ਨਾ ਭੈਣੇ, ਕੋਈ ਨਾ ਆਜੂਗਾ ਬਾਈ, ਹੁਣ ਤੱਕ ਤਾਂ ਆ ਜਾਣਾ ਸੀ, ਕੋਈ ਨਾ ਕੋਈ ਡਿੱਕਾ ਪਾ ਦਿੰਦਾ ਉੱਧਰਲਾ ਪਾਕਿਸਤਾਨੀ। ਕੋਈ ਨਾ ਭਾਬੀ, ਆ ਜਾਣਗੇ ਆ ਜਾਣਗੇ, ਐਂ ਤਾਂ ਉਹਨਾਂ ਨੂੰ ਪਤਾ ਹੀ ਹੈ ਵੀ ਇਹ ਕਿਹੜਾ ਜਸੂਸ ਸੀ, ਛੱਡਣਗੇ ਉਹ ਵੀ, ਕੋਈ ਨਾ ਆ ਜਾਣਗੇ। ਹੋਰ ਬੇਬੇ, ਪੰਮੀ ਭਾਬੀ ਨਾਲ ਨਹੀਂ ਗੱਲ ਹੋਈ? ਨਾ ਹੁਣ ਤਾਂ ਹੋਈ ਨਹੀਂ ਪੁੱਤ, ਉਦੋਂ ਮੈਂ ਤੈਨੂੰ ਦੱਸਿਆ ਤਾਂ ਹੈਗਾ ਤੀ, ਉਹਦੀ ਹੋਈ ਤੀ ਬਸ, ਮੇਰਾ ਮਨ ਜਿਹਾ ਹੈਗਾ ਤੀ ਵੀ ਮੈਂ ਜਾ ਕੇ ਮਿਲ ਕੇ ਆਵਾਂ ਉਹਦੇ ਪੇਕੇ ਉਹਨੂੰ, ਵੀ ਬਹਿ ਕੇ 100 ਗੱਲ ਦਾ ਪਤਾ ਲੱਗਦਾ। ਹਾਂ ਬੇਬੇ ਜਾ ਆਈ, ਸਹੀ ਗੱਲ ਹੈ ਤੇਰੀ। ਹੋਰ ਦੇਖੂੰਗੀ, ਜਾਊਂਗੀ, ਮੈਂ ਵੀ ਐਂ ਸੋਚਦੀ ਤੀ, ਉਹ ਮੈਂ ਸੁਖਪਾਲ ਨੂੰ ਵੀ ਆਖਿਆ ਤੀ, ਮੈਂ ਕਿਹਾ ਕੁੜੇ ਤੂੰ ਜਾ ਆ, ਬਸ ਚੜ ਜਾ ਇੱਥੋਂ, ਉੱਥੇ ਕੋਈ ਗੱਲਬਾਤ ਦਾ ਪਤਾ ਲੱਗ ਜਾਂਦਾ ਜਾ ਕੇ। ਸਹੀ ਗੱਲ ਹੈ ਬੇਬੇ ਦੀ ਭਾਬੀ, ਤੂੰ ਜਾ ਆ, 100 ਗੱਲ ਦਾ ਪਤਾ ਲੱਗ ਜਾਂਦਾ। ਨਾ ਨਾ ਭੈਣੇ, ਕੋਈ ਨਾ, ਮੈਂ ਦੇਖੂੰਗੀ ਇੱਕ ਦਿਨ ਤੱਕ ਜਾ ਕੇ ਆਊਂਗੀ। ਹੋਰ ਜਾ ਆਈ ਤੂੰ? ਨਾ ਨਾ ਜਾ ਆਊਂਗੀ ਭੈਣੇ। ਹੋਰ ਫਿਰ 100 ਗੱਲਬਾਤ ਦਾ ਪਤਾ ਲੱਗਦਾ ਜੀ। ਹੋਰ ਜਾ ਕੇ ਆਈ ਤੂੰ ਜ਼ਰੂਰ? ਨਾ ਨਾ ਜ਼ਰੂਰ ਜਾ ਕੇ ਆਊਂਗੀ। ਚੰਗਾ ਫਿਰ ਭੈਣੇ। ਚੰਗਾ ਬਾਈ। ਚੰਗਾ ਬੇਬੇ। ਚੰਗਾ ਪੁੱਤ। ਚੰਗਾ ਬੇਬੇ। ਚੰਗਾ। ਚੰਗਾ ਬਾਬੂ। ਚੰਗਾ। ਉਪਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ। ਗਾ ਠੀਕ ਹੈ ਪੁੱਤ? ਹਾਂ। ਰਹਿ ਜਾ ਜੀ ਪੁੱਤ ਅੱਜ। ਨਾ ਜਾਊਂਗੀ ਮਾਸੀ, ਸਰਦਾ ਨਹੀਂ। ਹਾਂ। ਘਰੇ ਨਹੀਂ ਸਰਦਾ। ਹੋਰ। ਚੱਲ ਕੋਈ ਨਾ ਬੇਬੇ, ਟੈਨਸ਼ਨ ਨਾ ਲਿਆ ਕਰੋ, ਹੋ ਜੂ ਠੀਕ, ਆ ਜੂਗਾ ਬਾਈ। ਚੰਗਾ 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 ਭਾਬੀ। ਕੋਈ ਨਾ ਬੇਲੇ। ਹਾਂ ਚੱਲ, ਧਿਆਨ ਨਾ ਜਾਏ ਕੋਈ। ਨਾ ਕੋਈ। ਭੈਣੇ ਗਗਨ? ਹਾਂ ਕੱਲ ਆਈ ਤੀ ਭੈਣੇ। ਹੋਰ ਹਰਮਨ, ਪੇਪਰ ਹੋ ਗਏ ਪੁੱਤ? ਪੇਪਰ ਹੋ ਗਏ ਤੇਰੇ? ਹਾਂ ਹੋ ਗਏ। ਅੱਛਾ ਬੇਬੇ, ਮੈਂ ਤਾਂ ਐਂ ਕਹਿੰਦੀ ਤੈਨੂੰ, ਮੈਂ ਕੱਲ੍ਹ ਨੂੰ ਪੰਮੀ ਭੈਣ ਕੋਲ ਜਾਣਾ ਵਾ। ਜਾਇਆ ਪੁੱਤ, ਮੈਂ ਤਾਂ ਤੈਨੂੰ ਕਿੱਦਾਂ ਦੀ ਕਹੀ ਜਾਂਦੀ ਹਾਂ ਵੀ ਉੱਥੇ ਜਾ ਕੇ ਕੋਈ ਗੱਲ ਦਾ ਪਤਾ ਲੱਗ ਜੂ, ਫੋਨ 'ਤੇ ਉਹ ਗੱਲ ਜੀ ਨਹੀਂ ਬਣਦੀ ਪੁੱਤ। ਸਹੀ ਗੱਲ ਹੈ ਬੇਬੇ, ਫੋਨ 'ਤੇ ਤਾਂ ਗੱਲ ਐਂ ਕਿੱਥੇ ਬਣਦੀ ਹੈ, ਚੱਲ ਕੋਈ ਗੱਲਬਾਤ ਦਾ ਪਤਾ ਲੱਗ ਜੂ, ਮੈਂ ਜਾ ਆਊਂ ਕੱਲ੍ਹ ਨੂੰ। ਹੋਰ ਜਾ ਆਈ? ਹੋਰ, ਅੱਜ ਤਾਂ ਟਾਈਮ ਆਪਾਂ ਨਿਕਲਦੀ ਨਹੀਂ ਹੈਗਾ, ਫਿਰ ਕੱਢਣੀ ਪਊਗਾ ਟਾਈਮ ਤਾਂ। ਸੱਚ ਪੁੱਤ ਮੇਰੀ ਗੱਲ ਸੁਣਾ, ਕੱਲ੍ਹ ਨੂੰ ਮੈਂ ਉਹ ਲੰਬਰਦਾਰਾਂ ਦੀ ਬਹੂ ਦੇ ਭੋਗ 'ਤੇ ਜਾਣਾ ਹੈ, ਜਵਾਨ ਮੌਤ ਹੋਈ ਹੈ, ਉਹ ਵੀ ਜਾਏ ਵੀ ਨਾ ਪੁੱਤ, ਸਰਦਾ ਨਹੀਂ, ਤੂੰ ਪਰਸੋਂ ਨੂੰ ਵਗ ਜੀ। ਹਾਂ ਹਾਂ ਬੇਬੇ, ਕੋਈ ਗੱਲ ਨਹੀਂ, ਮੈਂ ਪਰਸੋਂ ਨੂੰ ਵਗ ਜੂੰਗੀ, ਚੱਲ ਤੂੰ ਕੱਲ੍ਹ ਨੂੰ ਭੋਗ 'ਤੇ ਜਾਵੇਂਗੀ। ਹੋਰ ਪੁੱਤ, ਫਿਰ ਭੋਗ 'ਤੇ ਜਾਣਾ ਵੀ ਜ਼ਰੂਰੀ ਹੈ? ਜ਼ਰੂਰੀ ਤਾਂ ਹੈ ਹੀ ਬੇਬੇ, ਹੋਰ ਕਹਿਰ ਦੀ ਮੌਤ ਹੋਈ ਅਗਲੇ ਦੇ। ਮੰਮੀ ਆਉਂਦੀ ਹੈ।
ਹੋਰ ਕਿਵੇਂ ਭੈਣੇ? ਸਤਿ ਸ਼੍ਰੀ ਅਕਾਲ ਭੈਣੇ, ਠੀਕ ਹੈ ਭੈਣੇ? ਆ ਜਾ ਭੈਣੇ, ਮੈਂ ਤੇਰੇ ਕੋਲ ਆਉਣਾ ਸੀ ਗੱਲ ਨੂੰ ਭੈਣੇ। ਅੱਛਾ, ਹਾਂ ਉਹਦਾ ਅੱਜ ਆਉਣਾ ਸੀਗਾ, ਉਹ ਬੇਬੇ ਕਹਿੰਦੀ ਕਿਸੇ ਦੇ ਭੋਗ ਹੈਗਾ। ਅੱਛਾ, ਹਾਂ ਕੋਈ ਮੇਰੇ ਤੋਂ ਦੋ ਤਿੰਨ ਦਿਨਾਂ ਦਾ ਮਨ ਜਿਹਾ ਵਾਲਾ ਉਧਰੇ ਪਿਆ ਸੀ, ਮੈਂ ਬੇਬੇ ਨੂੰ ਕਿਹਾ ਮੈਂ ਤਾਂ ਮਿਲ ਕੇ ਆਉਣੀ। ਚੱਲ ਵਧੀਆ ਹੋਇਆ ਭੈਣੇ ਤੂੰ ਆ ਗਈ, ਸਾਡਾ ਤਾਂ ਆਪ ਬਹੁਤ ਮਨ ਅਰਦਾਸ ਸੀ ਕਈ ਦਿਨਾਂ ਦਾ ਮੇਰਾ ਤੇ ਬੇਬੇ ਦਾ। ਮੈਨੂੰ ਬੇਬੇ ਕਹਿੰਦੀ ਸੀ ਕਹਿੰਦੀ ਤੂੰ ਪੰਮੀ ਕੋਲ ਗੇੜਾ ਮਾਰਿਆ, 100 ਗੱਲਬਾਤ ਦਾ ਪਤਾ ਲੱਗਦਾ, ਕਹੀ ਜਾ ਕੇ ਫੋਨ ਤੇ ਨਹੀਂ ਨਾ ਪਤਾ ਲੱਗਦਾ ਹੈਗਾ ਕੋਈ ਸੋਗ ਆਊਗੀ। ਉਹ ਤਾਂ ਗੱਲ ਤੇਰੀ ਸਹੀ ਹੈ ਭੈਣੇ, ਫੋਨ ਤੇ ਉਹ ਗੱਲ ਨਹੀਂ ਨਾ ਬਣ। ਹੋਰ ਸਬਜ਼ੀ ਵੱਟਣ ਗਈ ਸੀ? ਹਾਂ ਭੈਣੇ, ਗੰਡੇ ਵੱਟਣ ਗਈ ਸੀ, ਗੰਡੇ ਟਮਾਟਰ ਮੁਟਰ ਇੱਧਰ ਆ ਰਖੇ ਤਨੀਆਂ ਦੁਨੀਆਂ। ਅੱਛਾ, ਹੋਰ ਇੰਨਾ ਕਰ ਲੈਣੇ ਭੈਣੇ ਆਪਦੇ ਜੋਗਾ। ਚੱਲ ਭੈਣੇ ਬਹਿ ਜਾ, ਤੂੰ ਪਾਣੀ ਦੇ ਕੇ ਆਉਂਦੀ ਹਾਂ। ਲੈ ਭੈਣੇ। ਹੋਰ ਸੁਣਾ ਭੈਣੇ, ਲੱਗਿਆ ਕੋਈ ਗੱਲਬਾਤ ਦਾ ਪਤਾ? ਕੋਈ ਗੱਲਬਾਤ ਦਾ ਨਹੀਂ ਪਤਾ ਲੱਗਿਆ ਭੈਣੇ, ਮੈਂ ਤੇ ਬੇਬੇ ਨਾ ਸਾਡੇ ਵਾਲੇ ਸਰਪੰਚ ਨੂੰ ਲੈ ਕੇ MLA ਕੋਲ ਗਏ ਸੀ, ਜਿਹੜਾ ਸਾਡੇ ਹਲਕੇ ਦਾ ਹੈ, ਉਹਨੂੰ ਦੱਸੀ ਹੈ ਸਾਰੀ ਗੱਲ। ਕਹਿੰਦਾ ਮੈਂ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ, ਕੋਸ਼ਿਸ਼ ਹੀ ਕਿਹਾ ਭੈਣੇ ਬਸ ਉਹਨੇ ਵੀ। ਇਹੀ ਗੱਲ ਸਾਨੂੰ ਕਹਿੰਦੇ ਨੇ ਭੈਣੇ ਵੀ ਜੇ ਤਾਂ ਮਾਮਲਾ ਉਰੇ ਦਾ ਹੁੰਦਾ ਕੋਈ, ਫਿਰ ਤਾਂ ਅਸੀਂ ਹੱਥ ਪਾਉਂਦੇ, ਹੁਣ ਬਾਹਰ ਦੇ ਮਾਮਲੇ 'ਚ ਅਸੀਂ ਨਹੀਂ ਹੱਥ ਪਾ ਸਕਦੇ, ਸਾਡੀ ਇੱਥੇ ਕੋਈ ਪੁਗਤ ਨਹੀਂ ਹੈਗੀ, ਬਸ ਇਹੀ ਗੱਲ ਸਾਨੂੰ ਕਹਿੰਦਾ ਹਰੇਕ ਜਿਹਦੇ ਕੋਲ ਜਾਈਦਾ। ਇਹ ਤਾਂ ਪ੍ਰਧਾਨ ਮੰਤਰੀ ਦਾ ਕੰਮ ਹੈ ਵੀ ਉਹਨਾਂ ਦੇ ਪ੍ਰਧਾਨ ਮੰਤਰੀ 'ਤੇ ਜ਼ੋਰ ਪਾਵੇ, ਫਿਰ ਜਾ ਕੇ ਛੱਡ ਸਕਦੇ ਨੇ ਮਰ ਜਾਣੇ। ਸਹੀ ਗੱਲ ਹੈ, ਮੈਨੂੰ ਤਾਂ ਆਪ ਇਹੀ ਫਿਕਰ ਲੱਗਿਆ ਰਹਿੰਦਾ ਹੈ ਵੀ ਪੰਮੀ ਕੀ ਬਣੂੰਗਾ। ਸਹੀ ਗੱਲ ਹੈ ਭੈਣੇ, ਮੈਨੂੰ ਤਾਂ ਆਪ ਵਾਲਾ ਫਿਕਰ ਲੱਗਿਆ ਰਹਿੰਦਾ ਹੈ, ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਕਿਸਮਤ 'ਚ ਪਰਮਾਤਮਾ ਨੇ ਆਹ ਕੁਛ ਲਿਖਿਆ ਹੋਊਗਾ। ਹੋਰ ਮੈਨੂੰ ਤਾਂ ਉਹਨਾਂ ਮਰ ਜਾਣੇ 'ਤੇ ਗੁੱਸਾ ਚੜ੍ਹੀ ਜਾਂਦਾ ਹੈਗਾ ਵੀ ਕਿਹੜੇ ਪਾਸੇ ਜੂਸ ਲੱਗਦੇ ਨੇ ਇਹ, ਕਿਹੜੀਆਂ ਜੂਸੀਆਂ ਕਰਨ ਵਾਲੇ ਨੇ ਇਹ, ਜੇ ਤੁਹਾਨੂੰ ਚੰਗਾ ਭਲਾ ਪਤਾ ਵੀ ਇਹ ਕਬੂਤਰਾਂ ਵਾਲੇ ਨੇਗੇ, ਛਾਣਬੀਣ ਤੁਸੀਂ ਕਰ ਲਈ ਵੀ ਚੱਲ ਭੁੱਲੇ ਭੱਟ ਕੇ ਆ ਗਏ ਕਬੂਤਰਾਂ ਦੇ ਮਗਰ ਵੀ ਹੁਣ ਇਹਨੂੰ ਛੱਡ ਦਿਓ। ਬਿਟੇ ਜਾਣੇ ਹੋ, ਤੁਹਾਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਜਸੂਸ ਨੇ ਕਿ ਕੀ ਰਹੇ। ਉਹੀ ਤਾਂ ਗੱਲ ਹੈ, ਸਾਰਾ ਪਤਾ ਭੈਣੇ ਉਹਨਾਂ ਨੂੰ, ਦੁਸ਼ਮਣੀ ਕਰਦੇ ਨੇ, ਵੈਸੇ ਇੰਡੀਆ ਨਾਲ ਬਣਦੀ ਨਹੀਂ ਨਾ, ਤਾਂ ਕਰਕੇ ਕਰਦੇ ਨੇ ਇਹ ਸਭ। ਆਹੀ ਗੱਲ ਹੈ ਭੈਣੇ, ਪਤਾ ਉਹਨਾਂ ਨੂੰ ਵੀ ਸਾਰਾ, ਪਤਾ ਤਾਂ ਹੈਗਾ ਹੀ ਹੈ, 2 ਸਾਲ ਹੋ ਗਏ ਜੇਲ੍ਹ 'ਚ ਰੱਖੀ ਬੈਠੇ ਨੇ, ਅਸੀਂ ਇੱਧਰ ਫਿਕਰ ਨਾਲ ਸੁੱਕੀ ਜਾਂਦੇ ਹਾਂ। ਉਹੀ ਤਾਂ ਗੱਲ ਹੈ, ਬਾਕੀ ਕੋਈ ਗੱਲ ਨਹੀਂ ਭੈਣੇ, ਛੱਡਣਾ ਤਾਂ ਉਹਨੂੰ ਪਊਗੀ, ਇੱਕ ਨਾ ਇੱਕ ਦਿਨ ਛੱਡਣਾ ਪਊਗੀ, ਮੈਨੂੰ ਪੱਕਾ ਵਿਸ਼ਵਾਸ ਹੈ। ਚੱਲ ਭੈਣੇ ਤੇਰੇ ਬੋਲ ਸੁਲੱਖਣੇ ਹੋਣ, ਮੈਂ ਤਾਂ ਇਹੀ ਕਹਿੰਦੀ ਹਾਂ। ਕਿੱਧਰ ਗਈ ਮਾਮੀ? ਉਹ ਭੈਣੇ ਤੈਨੂੰ ਦੱਸਿਆ ਤਾਂ ਹੈਗਾ, ਨੰਬਰਦਾਰਾਂ ਦੇ ਭੋਗ 'ਤੇ ਗਈ ਹੈ, ਹੁਣ ਤਾਂ ਬਹੂ ਗੁਜ਼ਰ ਗਈ ਵਿਚਾਰੀ, ਬਿਮਾਰ ਰਹਿੰਦੀ ਤੇ। ਅੱਛਾ, ਹਾਂ ਮਟਾਇਰ ਜਵਾਨ ਤੀ, ਜਾਣਾ ਹੀ ਪੈਂਦਾ ਭੈਣੇ ਫਿਰ। ਹਾਂ ਚੱਲ ਤੂੰ ਬੈਠ ਭੈਣੇ, ਮੈਂ ਚਾਹ ਕਰ ਕੇ ਲਿਆਉਣੀ ਆ, ਆਉਣ ਵਾਲੀ ਹੋਊਗੀ ਬੇਬੇ ਬਸ। ਅੱਛਾ ਪੁੱਤ, ਹਜੇ ਕੋਈ ਗੱਲਬਾਤ ਦਾ ਪਤਾ ਨਹੀਂ ਲੱਗਿਆ ਹੈਗਾ? ਨਾ ਮਾਮੀ, ਹਜੇ ਤਾਂ ਕੋਈ ਗੱਲਬਾਤ ਦਾ ਪਤਾ ਨਹੀਂ ਲੱਗਿਆ, ਜਿਹੜਾ ਕੋਈ ਜਿੱਥੇ ਦੱਸ ਪਾਉਂਦਾ ਵੀ ਫਲਾਣੇ ਲੀਡਰ ਕੋਲ ਜਾਓ, ਉਹ ਤੁਹਾਡੀ ਗੱਲ ਗਾਹਾਂ ਸਰਕਾਰ ਤੱਕ ਪਹੁੰਚਾਊਗਾ, ਵੱਡੇ ਤੋਂ ਵੱਡੇ ਲੀਡਰ ਤੱਕ ਜਾ ਕੇ ਦੇਖ ਲਿਆ, ਮਾਮੀ ਕੋਈ ਪੱਲਾ ਨਹੀਂ ਫੜਾਉਂਦਾ ਹੈਗਾ। ਫਿਰ ਆਹੀ ਤਾਂ ਗੱਲ ਹੈ ਪੁੱਤ, ਪਕਾਈ ਕਰਦੇ ਫਿਰਦੇ ਹਾਂ, ਖਾਕ ਛਾਣਦੇ ਫਿਰਦੇ ਹਾਂ, ਕੋਈ ਮਿਹਨਤ ਪੱਲੇ ਨਹੀਂ ਪੈਂਦੀ, ਪਤਾ ਨਹੀਂ ਲੱਗਦਾ। ਉਹੀ ਤਾਂ ਕੋਈ ਗੱਲ ਦਾ, ਉਹੀ ਤਾਂ ਗੱਲ ਹੈ ਮਾਮੀ, ਕਿਤੇ ਨਹੀਂ ਕੋਈ ਰਾਹ ਦਿੰਦਾ ਹੈਗਾ ਵੀ ਕਿਸੇ ਪਾਸੇ, ਔਖਾ ਹੋ ਗਿਆ ਪੁੱਤ। ਹੋਰ ਮਾਮੀ, ਜਦੋਂ ਕੋਈ ਦੱਸ ਪਾਉਂਦਾ ਉਮੀਦ ਜੀ ਜਾਗ ਜਾਂਦੀ ਹੈ, ਫਿਰ ਜਦੋਂ ਜਾ ਕੇ ਖਾਲੀ ਹੱਥ ਮੁੜੇ ਆਉਂਦੇ ਆ ਫਿਰ ਉਮੀਦ ਜੀ ਟੁੱਟ ਜਾਂਦੀ ਹੈ। ਹੋਰ ਐਂ ਹੁੰਦਾ ਪੁੱਤ, ਐਂ ਹੁੰਦਾ। ਚੰਗਾ ਭੈਣੇ ਫਿਰ, ਹੈ ਠੀਕ ਹੈ ਭੈਣੇ। ਚੰਗਾ ਮਾਮੀ, ਚੰਗਾ ਪੁੱਤ। ਚੱਲ ਭੈਣੇ ਜੇ ਕੋਈ ਗੱਲਬਾਤ ਦਾ ਪਤਾ ਲੱਗਿਆ ਨਾ ਦੱਸਿਓ ਸਾਨੂੰ, ਚੰਗਾ? ਹਾਂ ਜ਼ਰੂਰ ਦੱਸੂੰਗੀ ਜਦੋਂ ਵੀ ਕੋਈ ਪਤਾ ਲੱਗਾ। ਠੀਕ ਹੈ ਬੇਬੇ, ਕਿੰਦੂ ਆਉਂਦਾ ਹੈਗਾ? ਚੱਲ ਠੀਕ ਹੈ ਭੈਣੇ, ਜਦ ਪਹੁੰਚ ਗਈ ਫੋਨ ਫੋਨ ਕਰਦੀ।
ਚੰਗਾ ਪੁੱਤ। ਚੱਲ ਕਿੰਦੂ ਵਧੀਆ ਮਿਲ ਗਿਆ ਬੇਬੇ ਟਾਈਮ ਤੇ, ਹੋਰ ਔਖਾ ਹੋ ਜਾਂਦਾ ਹੋਰ ਖੜਦੀ ਨਹੀਂ ਉਰੇ ਬਸ ਆਪਣੇ। ਬੇਬੇ ਬੇਬੇ ਪੰਮੀ ਭੈਣ ਦਾ ਫੋਨ ਆਇਆ ਗਾ, ਉਹਨੂੰ ਖਬਰ ਪਤਾ ਲੱਗੀ ਹੈ, ਕਹਿੰਦੀ ਪਾਕਿਸਤਾਨ ਆਏ ਛੱਡਣ ਲੱਗੇ ਨੇ ਬਿੰਦਰ ਬਾਈ ਨੂੰ ਤੇਰੇ ਜੱਸੇ ਨੂੰ। ਸੱਚੀ ਪੁੱਤਾਂ? ਹਾਂ ਬੇਬੇ ਸੱਚੀ। ਸ਼ੁਕਰ ਹੈ ਪਰਮਾਤਮਾ ਦਾ, ਸ਼ੁਕਰ ਹੈ ਪਰਮਾਤਮਾ ਤੇਰਾ, ਇਹ ਤਾਂ ਬੜਾ ਵਧੀਆ ਕਰਿਆ। ਆ ਜਾਣਗੇ ਨਹੀਂ ਪੁੱਤ, ਆਪਣਾ ਜੀ ਲੱਗ ਜੂਗਾ। ਹਾਂ ਅਦਾਸ ਬੈਠੀਆਂ ਰਹਿੰਦੀਆਂ ਨੇ ਸਾਰਾ ਦਿਨ। ਸ਼ੁਕਰ ਹੈ ਮਾਲਕ ਦਾ, ਸ਼ੁਕਰ ਹੈ ਪਰਮਾਤਮਾ ਤੇਰਾ। ਚੱਲ ਆ ਤਾਂ ਬਹੁਤ ਵਧੀਆ ਹੋ ਗਿਆ। ਹਾਂ ਹਾਂ ਭੈਣੇ ਕਹਿੰਦੇ ਨੇ 25 ਤਰੀਕ ਨੂੰ ਰਿਹਾ ਕਰ ਦੇਣਗੇ। ਹਾਂ ਹਾਂ ਭਾਬੀ ਤੂੰ ਮੈਨੂੰ ਦੱਸਿਆ ਹੀ, ਪੰਮੀ ਦਾ ਫੋਨ ਆਇਆ ਵੀ ਆਹ ਖਬਰ ਆਈ ਹੈ ਵੀ ਜਿਹੜੇ ਭਾਰਤੀ ਬਾਰਡਰ ਪਾਰ ਕਰ ਗਏ ਸੀ ਗਲਤੀ ਨਾਲ, ਵੀ ਪਾਕਿਸਤਾਨੀ ਇਹਨਾਂ ਨੂੰ ਛੱਡਣ ਦਾ ਫੈਸਲਾ ਕਰ ਲਿਆ। ਫਿਰ ਮੈਂ ਇਹਨਾਂ ਨੂੰ ਆਖਿਆ ਮਾ ਖਬਰ ਆਈ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਿਆ, ਫਿਰ ਇਹਨਾਂ ਨੇ ਖਬਰ ਲੱਭੀ ਉਹ। ਅੱਛਾ ਹੋਰ? ਹਾਂ ਹਾਂ ਬਾਅਦ 'ਚ ਤਾਂ ਸਾਨੂੰ ਵੀ ਥਿਆ ਕੀਤੀ, ਸੁਖਪਾਲ ਨੇ ਭਾਲ ਲਈ ਸੀ ਉਹ ਖਬਰ। ਅੱਛਾ ਅੱਛਾ ਚਲ ਬਹੁਤ ਵਧੀਆ ਹੋ ਗਿਆ ਬੇਬੇ। ਭੈਣੇ ਮੈਂ ਤੈਨੂੰ ਕਿਹਾ ਨਹੀਂ ਸੀ ਵੀ ਤੂੰ ਪਰਮਾਤਮਾ ਤੇ ਭਰੋਸਾ ਰੱਖ, ਸਭ ਕੁਝ ਠੀਕ ਹੋ ਜਾਊਗਾ। ਹਾਂ ਬਾਈ ਉਸੇ ਤੇ ਭਰੋਸਾ ਰੱਖੇ, ਨਹੀਂ ਅੰਦਰੋਂ ਤਾਂ ਬਾਈ ਮਾਰ ਮਾਰ ਕੇ ਜਾਂਦੇ ਤੀ, ਉਸੇ ਦੀ ਆਸਰੇ ਰਹੇ ਆ। ਸਹੀ ਗੱਲ ਹੈ ਪੁੱਤ, ਨਾਲੇ ਬਾਈ ਪਸਾਰਣ ਲੈਣ ਜਾਣਾ ਇਹਨਾਂ ਨੂੰ ਲਾਹੌਰ। ਭੈਣੇ ਉਹ ਤਾਂ ਜਾਣੀ ਜਾਣਾ। ਨਾ ਨਾ ਕੋਈ ਨਾ ਭਾਬੀ, ਤੂੰ ਬੇਫਿਕਰ ਹੋ ਜਾ, ਆਪਾਂ ਸਾਰੇ ਵਗ ਜਾਂਗੇ। ਇੱਕ ਦਿਨ ਪਹਿਲਾਂ ਵਗ ਜਾਂਗੇ ਆਪਾਂ ਭੂਆ ਦੇ ਘਰੇ, ਮੇਰੀ ਪੰਮੀ ਨਾਲ ਵੀ ਗੱਲ ਹੋਈ ਸੀ, ਉਹ ਵੀ ਆ ਗਈ ਉੱਥੇ ਆਪਦੇ। ਅੱਛਾ ਹਾਂ ਐਂ ਨਾ ਉਹਨਾਂ ਦਾ ਪਿੰਡ ਜਮਾਂ ਬਾਰਡਰ ਦੇ ਨੇੜੇ ਪੈਂਦਾ, ਆਪਾਂ ਉੱਥੇ ਰਹਾਂਗੇ, ਅਗਲੇ ਦਿਨ ਜਾ ਕੇ ਲੈ ਆਵਾਂਗੇ ਉਹਨਾਂ ਨੂੰ। ਬਸ ਠੀਕ ਹੈ ਭੈਣੇ, ਸੱਚੋ ਸੱਚ ਦੱਸ ਬਾਈ ਉਹਨਾਂ ਨੂੰ ਕਿਉਂ ਨਹੀਂ ਛੱਡਿਆ, ਗੱਲ ਕੀ ਹੈ? ਫੜਿਆ ਤਾਂ ਸੋਨੂੰ ਦੋਨਾਂ ਇਕੱਠਿਆਂ ਨੂੰ ਤੀਗਾ। ਮੈਂ ਸੱਚ ਹੀ ਦੱਸ ਰਿਹਾ ਭਾਬੀ, ਗੱਲ ਪਤਾ ਕੀ ਹੈ, ਉਹਨਾਂ ਨੂੰ ਹਜੇ ਤੱਕ ਵੀ ਸ਼ੱਕ ਹੈ ਜੱਸੇ ਬਾਈ 'ਤੇ। ਇੱਕ ਤਾਂ ਬਾਈ ਦਾ ਮੂੰਹ ਮਹਾਂਦਰਾ ਹੈ ਪੁਲਿਸ ਵਾਲਿਆਂ ਵਰਗਾ, ਉਹਨਾਂ ਨੂੰ ਐਂ ਸ਼ੱਕ ਹੈ ਕਿਤੇ ਪੁਲਿਸ ਵਾਲਿਆਂ ਨੂੰ ਜਾਸੂਸ ਬਣਾ ਕੇ ਨਾ ਭੇਜਿਆ ਹੋਵੇ ਭਾਰਤ ਵਾਲਿਆਂ ਨੇ। ਉਹ ਕਹਿੰਦੇ ਗੱਲ ਕਲੀਅਰ ਹੋ ਜਾਂਦੀ, ਇੱਦੂ ਬਾਅਦ ਛੱਡਾਂਗੇ, ਮੈਨੂੰ ਛੱਡਤਾ ਉਹਨਾਂ ਨੇ। ਇਹ ਤਾਂ ਬਾਈ ਯਾਰ ਜਮੀਂ ਧੱਕਾ ਯਾਰ, ਜਦੋਂ ਤੈਨੂੰ ਛੱਡਤਾ ਉਹਨਾਂ ਨੇ, ਆਖਰ ਨੂੰ ਤੂੰ ਵੀ ਕਬੂਤਰ ਫੜਨ ਦੇ ਚੱਕਰ 'ਚ ਹੀ ਗਿਆ ਤੀ ਉੱਧਰ, ਫਿਰ ਬਾਈ 'ਤੇ ਵਿਸ਼ਵਾਸ ਕਿਉਂ ਨਹੀਂ ਆਇਆ ਉਹਨਾਂ ਨੂੰ? ਇਹ ਤਾਂ ਯਾਰ ਰਾਜੇ ਹੁਣ ਰੱਬ ਹੀ ਜਾਣਦਾ, ਮੈਂ ਇਹਦੇ ਬਾਰੇ ਕੀ ਕਹਿ ਸਕਦਾ। ਉਹ ਕਹਿੰਦੇ ਤੈਨੂੰ ਅਸੀਂ ਛੱਡਣ ਲੱਗੇ ਆਂਗੇ, ਹੈਂ ਉਹਨੂੰ ਬਾਅਦ 'ਚ ਛੱਡਾਂਗੇ, ਹੁਣ ਉਹਨਾਂ 'ਤੇ ਆਪਣਾ ਜ਼ੋਰ ਥੋੜ੍ਹੀ ਚੱਲਦਾ ਕੋਈ। ਹਾਂ ਇਹ ਤਾਂ ਤੇਰੀ ਗੱਲ ਠੀਕ ਹੈ, ਆਪਾਂ ਹੁਣ ਆੜ ਥੋੜ੍ਹੀ ਸਕਦੇ ਹਾਂ ਉਹਨਾਂ ਮੂਹਰੇ, ਵੀ ਇਹਨੂੰ ਵੀ ਛੱਡੋ ਨਾਲ। ਉਹੀ ਤਾਂ ਗੱਲ ਹੈ ਬਾਈ, ਮੈਨੂੰ ਤਾਂ ਬੜਾ ਦੁੱਖ ਲੱਗਿਆ, ਕਿੱਥੇ ਤਾਂ ਅਸੀਂ ਦੋਨੇ ਜਣਿਆਂ ਨੇ ਇਕੱਠਿਆਂ ਨੇ ਆਉਣਾ ਸੀਗਾ, ਹੈਂ ਹੁਣ ਉਹਨੂੰ ਛੱਡਿਆ ਨਹੀਂ ਵਿਚਾਰੇ ਨੂੰ, ਉਹ ਉੱਥੇ ਰਹਿ ਗਿਆ, ਕਿੱਥੇ ਤਾਂ ਜੀ ਖੁਸ਼ੀ ਖੁਸ਼ੀ ਦੋਨੇ ਆਉਂਦੇ। ਆਪਣੀ ਬਾਈ ਕੋਈ ਬਾਹ ਨਹੀਂ ਚੱਲਦੀ ਸੀ, ਆਪਾਂ ਕੀ ਕਰਦੇ? ਕੋਈ ਨਾ ਸੁਖਪਾਲ ਭੈਣੇ ਚੁੱਪ ਕਰ ਗਿਆ, ਕੋਈ ਗੱਲ ਨਹੀਂ, ਇਹਨੂੰ ਛੱਡਦਾ ਜਦੋਂ ਉਹਨੂੰ ਵੀ ਛੱਡ ਦੇਣਗੇ, ਫਿਕਰ ਨਾ ਕਰ, ਕੋਈ ਨਾ ਠੀਕ ਹੋ ਜੂ ਸਾਰਾ ਕੁਝ, ਕੋਈ ਨਾ ਫਿਕਰ ਨਾ ਕਰ। ਬਾਈ ਯਾਰ ਮੈਂ ਤੁਹਾਨੂੰ ਉਹਨਾਂ ਸਾਹਮਣੇ ਗੱਲ ਦੱਸ ਨਹੀਂ ਸਕਿਆ ਹੈਗਾ, ਮੈਂ ਕਿਹਾ ਉਹਨਾਂ ਦਾ ਬੁਰਾ ਹਾਲ ਹੋ ਜੂਗਾ ਭਾਬੀ ਦਾ ਤੇ ਮਾਮੀ ਦਾ, ਬਾਈ ਦਾ ਜੱਸਾ ਹੁਣ ਰਿਹਾ ਨਹੀਂ ਇਸ ਦੁਨੀਆ 'ਚ। ਕੀ ਹਾਏ ਤੂੰ ਕੀ ਕਹੀ ਜਾਂਦਾ ਬਾਈ? ਮੈਂ ਸੱਚ ਕਹਿਣਾ ਭੈਣੇ, ਬਾਈ ਤਾਂ ਇਸ ਦੁਨੀਆ 'ਚ ਰਿਹਾ ਨਹੀਂ, ਦੋ ਪਾਕਿਸਤਾਨੀ ਸੀਗੇ ਜੇਲ੍ਹ 'ਚ, ਉਹਨਾਂ ਨੇ ਮਾਰਤਾ। ਹਾਏ ਮੈਂ ਮਰ ਜਾ। ਬਸ ਕਰ ਭੈਣੇ ਬਸ, ਚੁੱਪ ਕਰ ਜਾ, ਨਹੀਂ ਤਾਂ ਇਹਨਾਂ ਨੂੰ ਪਤਾ ਲੱਗ ਜੂ ਅੰਦਰ ਬੈਠੀਆਂ ਨੇ। ਚੁੱਪ ਕਰ, ਸੰਭਾਲ ਆਪਦੇ ਆਪ ਨੂੰ, ਚੁੱਪ ਕਰ ਜਾ ਗਗਨ, ਚੁੱਪ ਕਰ ਜਾ, ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਕੰਮ ਖਰਾਬ ਹੋ ਜੂ, ਚੁੱਪ ਕਰ। ਹੋਰ ਚੁੱਪ ਕਰ ਜਾ ਗਗਨ, ਚੁੱਪ ਕਰ ਜਾ, ਬੇਬੇ ਤੇ ਸੁਖਪਾਲ ਨੂੰ ਨਾ ਪਤਾ ਲੱਗ ਜੂ, ਚੁੱਪ ਕਰ। ਹੋਰ ਇਹ ਕਿਵੇਂ ਹੋ ਗਿਆ ਬਾਈ? ਮੈਂ ਤੈਨੂੰ ਕੀ ਦੱਸਾਂ ਭੈਣੇ, ਜਿਹੜੇ ਪਾਕਿਸਤਾਨੀ ਸੀ ਨਾ ਕੈਦੀ, ਸਾਡੇ ਨਾਲ ਖਾਰ ਖਾਂਦੇ ਸੀਗੇ, ਬਾਈ ਨੂੰ ਅੱਡ ਬੈਰਕ 'ਚ ਰੱਖਿਆ ਸੀ, ਮੈਨੂੰ ਅੱਡ ਬੈਰਕ 'ਚ। ਪਰਸੋਂ ਦੱਸਿਆ ਮੈਨੂੰ ਤਾਂ ਇੱਕ ਬੰਦੇ ਨੇ ਆ ਕੇ, ਕਹਿੰਦਾ ਤੇਰੇ ਨਾਲ ਦਾ ਭਾਰਤੀ ਤਾਂ ਮਾਰਤਾ, ਉਹਨਾਂ ਨੇ ਕੰਜਰਾਂ ਨੇ ਇਸ ਗੱਲ ਦਾ ਰੌਲਾ ਨਹੀਂ ਪਾਇਆ, ਰਾਤੇ ਰਾਤ ਲਿਜਾ ਕੇ ਸੰਸਕਾਰ ਕਰਤਾ ਬਾਈ ਦਾ ਤਾਂ। ਬਸ ਕਰ ਭੈਣੇ, ਚੁੱਪ ਕਰ ਜਾ, ਚੁੱਪ ਕਰ ਜਾ ਭੈਣੇ, ਤੂੰ ਸੰਭਾਲਣਾ ਹੁਣ ਉਹਨਾਂ ਨੂੰ, ਹੌਲੀ ਹੌਲੀ ਦੱਸ ਦਿਓ ਉਹਨਾਂ ਨੂੰ ਗੱਲ ਸੁਖਪਾਲ ਹੋ ਰਿਹਾ ਨੂੰ। ਹਾਂ ਬਾਈ ਕੋਈ ਨਾ, ਹੌਲੀ ਹੌਲੀ ਦੱਸਾਂਗੇ। ਹੋਰ ਚੁੱਪ ਕਰ ਭੈਣੇ, ਸੰਭਾਲ ਆਪਦੇ ਆਪ ਨੂੰ।
ਕੋਈ ਗੱਲ ਨਹੀਂ ਭੈਣੇ, ਤੂੰ ਫਿਕਰ ਨਾ ਕਰ, ਆਜੂਗਾ ਬਾਈ ਆਜੂਗਾ। ਜਦੋਂ ਬਿੰਦਰ ਬਾਈ ਨੂੰ ਛੱਡਤਾ ਉਹਨਾਂ ਨੇ, ਉਹਨੂੰ ਕਿਹੜਾ ਰੱਖਣਗੇ, ਉਹਨੂੰ ਵੀ ਛੱਡ ਦੇਣਗੇ, ਉਹ ਵੀ ਆਜੂਗਾ। ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਉਹਨਾਂ ਢਹਿ ਜਾਣਾ ਦੀ, ਵੀ ਜੋ ਸਾਨੂੰ ਪਤਾ ਹੀ ਲੱਗ ਗਿਆ ਇਹ ਸਹੀ ਤੀ, ਗਲਤੀ ਨਾਲ ਇੱਧਰ ਆਵੜੇ ਤੀ, ਹੁਣ ਉਹ ਪੁਲਿਸ ਮੁਲਾਜ਼ਮ ਕਿਵੇਂ ਬਣ ਗਿਆ? ਜਦੋਂ ਫੜਿਆ ਤਾਂ ਇਹਨਾਂ ਦੋਨਾਂ ਜਣਿਆਂ ਨੂੰ ਇਕੱਠਿਆਂ ਨੂੰ ਹੈ ਤੁਸੀਂ। ਉਹੀ ਗੱਲ ਤਾਂ ਭਾਬੀ ਬਾਈ ਵਿੰਦਰ ਕਰੀ ਜਾਂਦਾ ਸੀ ਵੀ ਆਪਾਂ ਕਿਹੜਾ ਉਹਨਾਂ ਨੂੰ ਕੁਛ ਕਹਿ ਸਕਦੇ ਹਾਂ, ਆਪਾਂ ਉਹਨਾਂ ਅੱਗੇ ਬੋਲ ਨਹੀਂ ਨਾ ਸਕਦੇ। ਜੇ ਵਿਚਾਰਾ ਉਹ ਬੋਲਦਾ ਸੀ ਉਹਨੂੰ ਵੀ ਫੜ ਕੇ ਬਿਠਾ ਲੈਂਦੇ ਵੀ ਤੂੰ ਵੀ ਬੈਠਾ ਰਹੇ। ਉਹੀ ਤਾਂ ਗੱਲ ਹੈ ਭੈਣੇ, ਉਹਨਾਂ ਅੱਗੇ ਆਪਣਾ ਬਸ ਥੋੜ੍ਹੀ ਚੱਲਦਾ ਹੈ। ਕੋਈ ਨਾ ਤੂੰ ਫਿਕਰ ਨਾ ਕਰ, ਆਜੂਗਾ ਬਾਈ, ਕੋਈ ਨਾ ਛੱਡ ਦੇਣਗੇ ਉਹਨੂੰ ਵੀ। ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਵੀ ਜਦੋਂ ਅਖਬਾਰਾਂ 'ਚ ਖਬਰ ਆ ਗਈ ਵੀ ਦੋਨੇ ਭਾਰਤੀਆਂ ਨੂੰ ਛੱਡਣ ਲੱਗੇ ਨੇ, ਫਿਰ ਉਹਨੂੰ ਕਿਉਂ ਰੱਖ ਲਿਆ? ਹੁਣ ਕੀ ਕਹਿ ਸਕਦੇ ਹਾਂ ਬੇਬੇ, ਡਿੱਕਾ ਪੈਣ ਲੱਗਿਆ ਪਤਾ ਥੋੜ੍ਹੀ ਲੱਗਦਾ ਕਿਸੇ ਨੇ ਕੋਈ ਡਿੱਕਾ ਲਾਤਾ ਹੋਊਗਾ। ਹਾਂ ਇਹੀ ਜਿਹੀ ਕੁਛ ਹੋਇਆ ਹੋਊ। ਹੋਰ ਕੋਈ ਗੱਲ ਨਹੀਂ, ਕੁਛ ਮਰਜ਼ੀ ਕਰ ਲੈਣ, ਪਰਮਾਤਮਾ ਆਪਣੇ ਦਾ ਇੰਨਾ ਧੱਕਾ ਨਹੀਂ ਕਰ ਸਕਦਾ, ਛੱਡਣਾ ਤਾਂ ਉਹਨਾਂ ਨੂੰ ਪਊਗੀ। ਹਾਂ ਹਾਂ ਭੈਣੇ ਛੱਡਣਗੇ, ਕੋਈ ਨਾ ਛੱਡਣਗੇ। ਮੇਰੀ ਗੱਲ ਸੁਣਿਓ, ਮੇਰਾ ਤਾਂ ਜਿਗਰਾ ਜਿਹਾ ਨਹੀਂ ਪੈਂਦਾ ਭਾਬੀ ਅਤੇ ਬੇਬੇ ਨੂੰ ਦੱਸਣ ਦਾ, ਤੁਸੀਂ ਦੱਸ ਦਿਓ ਇਹਨਾਂ ਨੂੰ। ਮੇਰਾ ਤਾਂ ਯਾਰ ਆਪ ਨਹੀਂ ਜਿਗਰਾ ਪੈਂਦਾ ਇਹਨਾਂ ਨੂੰ ਦੱਸਣ ਦਾ, ਇਹ ਤਾਂ ਰੋ ਰੋ ਕੇ ਕਾਮੜੀਆਂ ਹੋ ਜਾਣਗੀਆਂ, ਕੌਣ ਸਾਂਭੂ ਇਹਨਾਂ ਨੂੰ? ਉਹੀ ਤਾਂ ਗੱਲ ਹੈ। ਮੇਰੀ ਗੱਲ ਸੁਣ ਗਗਨ, ਆਪਾਂ ਦੋ ਚਾਰ ਦਿਨਾਂ ਨੂੰ ਨਾ ਬੇਬੇ ਨੂੰ ਸੱਦ ਲਾਂਗੇ ਆਪਣੇ ਕੋਲ, ਉੱਥੇ ਦੱਸ ਦਾਂਗੇ ਉਹਨੂੰ ਸਾਰੀ ਗੱਲ। ਹਾਂ ਬੇਬੇ ਨੇ ਪਹਿਲਾਂ ਵੀ ਬਥੇਰੀਆਂ ਹਵਾਵਾਂ ਝੱਲੀਆਂ ਨੇ, ਔਖੀ ਸੌਖੀ ਇਹ ਵੀ ਝੱਲ ਲੂ ਵਿਚਾਰੀ, ਦੱਸਣਾ ਤਾਂ ਫਿਰ ਪਊਗਾ ਹੀ, ਫਿਰ ਭਾਬੀ ਨੂੰ ਦੱਸ ਦਾਂਗੇ। ਹੋਰ ਫਿਰ ਦੱਸਣਾ ਹੀ ਪਊਗਾ। ਚੁੱਪ ਕਰ ਬੇਬੇ ਚੁੱਪ ਕਰ, ਹੁਣ ਉਹਦੀ ਮਰਜ਼ੀ ਅੱਗੇ ਆਪਾਂ ਕੀ ਕਰ ਸਕਦੇ ਹਾਂ। ਹੋਰ ਬੇਬੇ ਚੁੱਪ ਕਰ, ਉਹਦੀ ਲਿਖੀ ਉਹ ਆਈ ਤੀ, ਉਹਨੇ ਲੈ ਕੇ ਜਾਣਾ ਤੀ ਉਹਨੂੰ ਆਪਣੇ ਕੋਲੋਂ ਬਹਾਨੇ ਨਾਲ, ਆਪਾਂ ਕੀ ਕਰ ਸਕਦੇ ਹਾਂ, ਵਿਧੀ ਬਣਾਈ ਸੀ ਬਸ, ਤਾਂ ਹੀ ਉਹਨੇ ਭੂਆ ਕੋਲੇ ਜਾਣਾ ਤੀ, ਗਾਂ ਬਿੰਦਰ ਨਾਲ ਫੜਿਆ ਜਾਣਾ ਸੀ। ਆਹ ਦੇਖ ਲੈ ਬਿੰਦਰ ਵੀ ਸਹੀ ਸਲਾਮਤ ਆਈ ਗਿਆ ਘਰੇ, ਉਹਦੀ ਆਈ ਲਿਖੀ ਤੀ। ਬਸ ਬੇਬੇ ਚੁੱਪ ਕਰ, ਹੌਂਸਲਾ ਰੱਖ, ਮੇਰਾ ਵੀ ਪਾਈ ਸੀ, ਹੁਣ ਭਾਬੀ ਨੂੰ ਵੀ ਆਪਾਂ ਕਿਸੇ ਲੋਟ ਦੱਸਣਾ ਹੈ। ਮੈਨੂੰ ਤਾਂ ਨਹੀਂ ਸਮਝ ਆਉਂਦੀ ਮੈਂ ਕਿਵੇਂ ਦੱਸੂਗੀ ਸੁਖਪਾਲ ਨੂੰ, ਉਹਦਾ ਤਾਂ ਬੁਰਾ ਹਾਲ ਹੋ ਜੂਗਾ, ਮੈਨੂੰ ਤਾਂ ਡਰ ਹੈ ਉਹ ਆਹ ਗੱਲ ਸੁਣ ਕੇ ਉਹੀ ਨਾ ਮਰ ਮੁੱਕ ਜਾਵੇ, ਉਹ ਤਾਂ ਇੱਕ ਦੂਜੇ ਦੇ ਸਾਹਾਂ 'ਚ ਸਾਹ ਲੈਂਦੇ ਤੇ। ਉਹ ਤਾਂ ਮੈਨੂੰ ਪਤਾ ਹੈ ਬੇਬੇ, ਤਾਂ ਹੀ ਤਾਂ ਅਸੀਂ ਤੈਨੂੰ ਉਰੇ ਸੱਦਿਆ ਵੀ ਪਹਿਲਾਂ ਅਸੀਂ ਤੈਨੂੰ ਦੱਸ ਦਈਏ। ਉਹਨੂੰ ਨਹੀਂ ਪੁੱਤਾ ਜੇ ਦੱਸਣਾ ਆਪਾਂ ਉਹਨੂੰ ਨਹੀਂ ਦੱਸਣਾ, ਹੌਲੀ ਹੌਲੀ ਉਹਦੇ ਦਿਮਾਗ 'ਚ ਗੱਲ ਪਾਵਾਂਗੇ। ਠੀਕ ਹੈ ਬੇਬੇ ਠੀਕ ਹੈ। ਸੁਪਾਲ ਮੈਂ ਤਾਂ ਐਂ ਕਹਿੰਦੀ ਯਾਰ, ਗੁਰਨਾਮ ਕੇ ਨਾ ਸਾਰਾ ਪਰਿਵਾਰ ਬਾਹਰ ਚੱਲਿਆ ਕੈਨੇਡਾ। ਅੱਛਾ। ਹਾਂ 15 ਕਿੱਲਿਆਂ ਦਾ ਟੱਕ ਹੈ ਉਹਨਾਂ ਦਾ, ਆਪਣੇ ਨਵੀਂ ਲਵੀ ਲੱਗਦਾ। ਹਾਂ ਹਾਂ। ਉਹ ਕਹਿੰਦੇ ਜ਼ਮੀਨ ਅਸੀਂ ਠੇਕੇ 'ਤੇ ਦੇਣੀ ਹੈ, ਮੈਂ ਕਹਿੰਦਾ ਮੈਂ ਰੱਖ ਲੈਣਾ ਸਾਰੀ। ਉਹ ਤਾਂ ਗੱਲ ਤੁਹਾਡੀ ਸਹੀ ਹੈ, ਪਰ ਆਪਾਂ ਨੇ ਜ਼ਮੀਨ ਕੀ ਕਰਨੀ ਹੈ, ਛੱਡੋ ਪਰਾਂ, ਆਪਣੇ ਕੋਲ ਗੁਜ਼ਾਰੇ ਜੋਗੇ ਚਾਰ ਕਿੱਲੇ ਹੈਗੇ ਨੇ, ਆਪਣਾ ਗੁਜ਼ਾਰਾ ਵਧੀਆ ਚੱਲੀ ਜਾਂਦਾ। ਗੁਜ਼ਾਰਾ ਤਾਂ ਵਧੀਆ ਚੱਲੀ ਜਾਂਦਾ, ਪਰ ਮੈਂ ਐਂ ਸੋਚਦਾ ਹੁੰਦਾ ਸੁਪਾਲ, ਵੀ ਮੈਂ ਤੈਨੂੰ ਜ਼ਿੰਦਗੀ ਦੀ ਨਾ ਹਰੇਕ ਖੁਸ਼ੀ ਦੇਣਾ ਚਾਹੁੰਦਾ, ਵੀ ਜਿਹੜੀ ਚੀਜ਼ 'ਤੇ ਤੂੰ ਹੱਥ ਰੱਖੇ ਵੀ ਮੈਂ ਆਹ ਚਾਹੀਦੀ ਹੈ ਮੈਨੂੰ, ਮੈਂ ਤੈਨੂੰ ਕਹਾਂ ਵੀ ਚੱਕ ਲੈ ਸੁਪਾਲ। ਉਹ ਤਾਂ ਕੋਈ ਗੱਲ ਨਹੀਂ, ਜ਼ਿੰਦਗੀ ਦੀ ਖੁਸ਼ੀ ਤਾਂ ਤੁਸੀਂ ਮੈਨੂੰ ਹੁਣ ਵੀ ਦਿੰਦੇ ਹੋ, ਜਿਹੜੀ ਚੀਜ਼ 'ਤੇ ਮੈਂ ਹੱਥ ਲਾਉਣੀ ਉਹੀ ਦਵਾ ਦਿੰਦੇ ਹੋ, ਹੁਣ ਕਿਹੜਾ ਤੁਸੀਂ ਮੈਨੂੰ ਨਾ ਕਰਦੇ ਹੋ? ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਹੁਣ ਤੂੰ ਕਹਿੰਦੀ ਮੈਨੂੰ ਛੋਟੀ ਛੋਟੀ ਚੀਜ਼ਾਂ ਨੂੰ ਹੈ, ਵੱਡੀ ਚੀਜ਼ ਨੂੰ ਤਾਂ ਕਹਿੰਦੀ ਨਹੀਂ, ਤੈਨੂੰ ਮੇਰੀ ਕਪੈਸਿਟੀ ਦਾ ਪਤਾ ਨਾ ਵੀ ਇੰਨੀ ਕੁ ਮੈਨੂੰ ਇਹ ਦਵਾ ਸਕਦਾ। ਮੈਂ ਤਾਂ ਇਹ ਚਾਹੁੰਦਾ ਵੀ ਜੇ ਤੂੰ ਹੀਰਿਆਂ ਦੇ ਹਾਰ 'ਤੇ ਵੀ ਹੱਥ ਰੱਖੇ ਨਾ, ਮੈਂ ਕਹਾਂ ਚੱਕ ਸੁਪਾਲ।
ਮਿਹਨਤ ਤੋਂ ਮੈਂ ਭੱਜਦਾ ਨਹੀਂ ਹੈਗਾ। ਮੈਂ ਤਾਂ ਕਹਿੰਦਾ ਮੈਂ ਰੱਖ ਲੈਂਦਾ ਯਾਰ 15 ਕਿੱਲੇ ਰੱਖੂੰਗਾ ਮੈਂ ਤਾਂ। ਚੱਲ ਕੋਈ ਗੱਲ ਨਹੀਂ, ਤੁਸੀਂ ਰੱਖ ਲਓ, ਮੈਂ ਤੁਹਾਡੇ ਨਾਲ ਹੀ ਹਾਂ, ਮੈਂ ਤਾਂ ਤੁਹਾਡੇ ਨਾਲ ਵਾਹੀ 'ਚ ਵੀ ਹੱਥ ਵਟਾਉਣ ਨੂੰ ਤਿਆਰ ਹਾਂ। ਨਾ ਨਾ ਵਾਹੀ ਵੂਹੀ ਤਾਂ ਮੈਂ ਇਕੱਲੇ ਨਹੀਂ ਗੇੜਾ ਖਾਣ ਦਿੰਦਾ, ਬਸ ਤੂੰ ਘਰ ਦਾ ਧਿਆਨ ਰੱਖ, ਬੇਬੇ ਦਾ ਧਿਆਨ ਰੱਖ, ਆਹੀ ਬਹੁਤ ਹੈ। ਕੋਈ ਗੱਲ ਨਹੀਂ, ਬੇਫਿਕਰ ਹੋ ਜਾ। ਬਸ ਤੈਨੂੰ ਪਤਾ ਹੀ ਹੈ ਸਪਾਲ, ਤੇਰੇ ਤੇ ਬੇਬੇ ਤੋਂ ਬਿਨਾਂ ਮੇਰਾ ਕੁਛ ਨਹੀਂ ਹੈਗਾ, ਐਂ ਸਮਝ ਲੈ, ਸਭ ਕੁਛ ਤੁਸੀਂ ਹੋ ਦੋਨੇ। ਬੇਬੇ ਨੇ ਬਹੁਤ ਦੁੱਖ ਹੰਢਾ ਕੇ ਮੈਨੂੰ ਪਾਲਿਆ ਵਿਚਾਰੀ ਨੇ, ਬਸ ਤੂੰ ਬੇਬੇ ਦਾ ਧਿਆਨ ਰੱਖਿਆ ਕਰ। ਬੇਫਿਕਰ ਹੋ ਜਾ ਤੁਸੀਂ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਜਿੰਨੀ ਫਿਕਰ ਸੋਨੂੰ ਹੈ ਬੇਬੇ ਦੀ ਉਦੋਂ ਵੱਧ ਕੇ ਮੈਨੂੰ ਹੈਗੀ। ਤੁਸੀਂ ਬੇਫਿਕਰ ਹੋ ਜਾਓ, ਮੈਂ ਬੇਬੇ ਦੀ ਦੇਖਭਾਲ ਆਪੇ ਕਰੂੰਗੀ। ਬਸ ਠੀਕ ਹੈ। ਬੇਬੇ ਮੈਂ ਤਾਂ ਐਂ ਕਹਿੰਦੀ, ਮੈਂ ਆਪਾਂ ਬਿੰਦਰ ਬਾਈ ਹੋਰ ਕੋਲ ਚੱਲ ਕਹੀਏ ਕੱਲ੍ਹ ਨੂੰ, ਕੋਈ ਗੱਲਬਾਤ ਦਾ ਪਤਾ ਲੱਗ ਜੂਗਾ। ਉਹਨਾਂ ਦਾ ਪਿੰਡ ਬਾਰਡਰ 'ਤੇ ਜਮ੍ਹਾਂ ਕੋਲ ਹੈ, ਉਹਨਾਂ ਨੂੰ ਖਬਰ ਛੇਤੀ ਮਿਲ ਜਾਂਦੀ ਹੈ। ਦੇਖ ਲੈ ਪੁੱਤ, ਮੇਰੇ ਸਾਹਿਬ ਨਾਲ ਤਾਂ ਹੁਣ ਉਹਨਾਂ ਕੋਲ ਜਾਣ ਦਾ ਕੀ ਫਾਇਦਾ। ਮੈਂ ਤੇਰੀ ਗੱਲ ਸਮਝੀ ਨਹੀਂ ਬੇਬੇ। ਨਾ ਨਾ ਸੁਖਪਾਲ, ਮੇਰੇ ਕਹਿਣ ਦਾ ਮਤਲਬ ਲੈ, ਉਹ ਕਹਿੰਦੇ ਅਸੀਂ ਪਤਾ ਕਰੀ ਜਾਂਦੇ ਹਾਂ ਜੱਸੇ ਬਾਰੇ, ਇੱਕ ਦਿਨ ਤਾਂ ਛੱਡੀ ਦੇਣਗੇ ਉਹਨੂੰ। ਹਾਂ ਹਾਂ, ਉਸੇ ਬਾਰੇ ਤਾਂ ਪਤਾ ਲੈ ਕੇ ਆਉਣਾ ਆਪਾਂ ਨੇ, ਕੀ ਉਹਨਾਂ ਕੋਲ ਗੱਲ ਆਈ ਹੋਵੇ ਕੋਈ। ਚੱਲ ਕੋਈ ਗੱਲ ਨਹੀਂ ਪੁੱਤ, ਭਗ ਚੱਲਾਂਗੇ ਫਿਰ ਆਪਾਂ। ਠੀਕ ਹੈ ਬੇਬੇ, ਪਤਾ ਲੱਗੀ ਕੋਈ ਗੱਲਬਾਤ ਬਾਈ ਕਿ ਲੱਗੀ ਨਹੀਂ ਕੋਈ? ਨਾ ਬਾਬੀ, ਹਜੇ ਤਾਂ ਕੋਈ ਗੱਲਬਾਤ ਨਹੀਂ ਪਤਾ ਲੱਗੀ ਹੈਗੀ। ਮੈਂ ਤਾਂ ਬੇਬੇ ਨਾਲ ਹੀ ਆਈ ਸੀ ਵੀ ਸ਼ਾਇਦ ਕੋਈ ਗੱਲਬਾਤ ਦਾ ਪਤਾ ਲੱਗਿਆ ਹੋਵੇ। ਨਾ ਬਾਬੀ, ਹਜੇ ਤਾਂ ਕੋਈ ਗੱਲਬਾਤ ਨਹੀਂ ਪਤਾ ਲੱਗੀ, ਉਹ ਐਂ ਹੈ ਛੱਡਣਾ ਤਾਂ ਪਊਗਾ ਉਹਨਾਂ ਨੂੰ, ਛੱਡ ਦੇਣਗੇ ਬਾਈ ਨੂੰ। ਹਾਂ ਪੁੱਤ, ਛੱਡਣਗੇ ਤਾਂ ਹੈਗੀ, ਅਖੀਰ ਤਾਂ ਛੱਡਣਾ ਹੀ ਪਊਗਾ ਉਹਨਾਂ ਨੂੰ। ਹਾਂ ਮਾਮੀ, ਛੱਡ ਦੇਣਗੇ ਕੋਈ ਗੱਲ ਨਹੀਂ, ਜਦੋਂ ਇਹਨਾਂ ਨੂੰ ਛੱਡਤਾ ਬਾਈ ਨੂੰ ਵੀ ਛੱਡ ਦੇਣਗੇ, ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਫਿਕਰ ਨਾ ਕਰੋ ਭੈਣੇ ਤੁਸੀਂ। ਫਿਕਰ ਤਾਂ ਹੋ ਹੀ ਜਾਂਦਾ ਭੈਣੇ, ਕੀ ਕਰੀਏ, ਬਾਕੀ ਕੋਈ ਗੱਲ ਨਹੀਂ, ਛੱਡਣਾ ਤਾਂ ਪੈਣਾ ਹੀ ਉਹਨਾਂ ਨੂੰ। ਹਾਂ ਹਾਂ, ਛੱਡਣਗੇ ਭੈਣੇ, ਛੱਡਣਗੇ। ਲੈ ਤੁਸੀਂ ਗੱਲਾਂ ਬਾਤਾਂ ਕਰੋ, ਮੈਂ ਚਾਹ ਬਣਾ ਕੇ ਲਿਆਉਂਦੀ। ਹੁਣ ਪੁੱਤ ਆਪਾਂ ਕਿੰਨਾ ਕੁ ਚਿਰ ਇਹਨੂੰ ਧੋਖੇ 'ਚ ਰੱਖਾਂਗੇ, ਦੱਸਣਾ ਤਾਂ ਪਊਗਾ ਹੀ ਗਗਨ। ਤੁਸੀਂ ਆ ਜਾਓ ਪੁੱਤ, ਨਾਲੇ ਮੈਂ ਬਿੰਦਰ ਹੋਰ ਨੂੰ ਫੋਨ ਕਰਿਆ, ਫਿਰ ਆਪਾਂ ਇਕੱਠੇ ਹੋ ਕੇ ਰਲ ਕੇ ਦੱਸ ਦਾਂਗੇ ਇਹਨੂੰ ਸਾਰੇ। ਕੋਈ ਨਾ ਬੇਬੇ, ਆ ਜਾਵਾਂਗੇ ਕੱਲ੍ਹ ਨੂੰ। ਹਾਂ ਬਾਈ ਗਗਨ, ਕੀ ਗੱਲ ਕਰਨੀ ਤੀ ਮੇਰੇ ਨਾਲ? ਕੀ ਗੱਲ ਕਰਾਂ ਭਾਬੀ, ਮੈਥੋਂ ਨਹੀਂ ਦੱਸਿਆ ਜਾਂਦਾ, ਤੁਸੀਂ ਦੱਸ ਦਿਓ। ਮੇਰੀ ਗੱਲ ਸੁਣ ਭੈਣੇ, ਜੱਸਾ ਬਾਈ ਇਹ ਦੁਨੀਆ 'ਚ ਹੈ ਨਹੀਂ ਗਾ, ਉਹਨੂੰ ਉਡੀਕਣਾ ਬੰਦ ਕਰ ਦੇ ਤੂੰ। ਬਾਈ ਤੂੰ ਆ ਕੀ ਗੱਲ ਕਹੀ ਜਾਂਦਾ, ਨਾ ਇਹ ਨਹੀਂ ਹੋ ਸਕਦਾ। ਸੱਚੀ ਗੱਲ ਹੈ ਭਾਬੀ, ਪਾਕਿਸਤਾਨ ਦੇ 2 ਕੈਦੀ ਸੀਗੇ, ਉਹਨਾਂ ਨੇ ਬਾਈ ਨੂੰ ਮਾਰਤਾ, ਤਾਂ ਹੀ ਤਾਂ ਉਹ ਮੇਰੇ ਨਾਲ ਨਹੀਂ ਆਇਆ, ਸਾਨੂੰ ਦੋਨਾਂ ਨੂੰ ਛੱਡਣਾ ਸੀਗਾ ਉਹਨਾਂ ਨੇ ਤਾਂ। ਨਾ ਨਾ, ਮੈਨੂੰ ਤੇਰੀ ਗੱਲ 'ਤੇ ਵਿਸ਼ਵਾਸ ਨਹੀਂ ਹੈਗਾ ਬਿੰਦਰ ਬਾਈ, ਨਾ ਇਹ ਹੋ ਨਹੀਂ ਸਕਦਾ, ਨਾ ਤੂੰ ਝੂਠ ਮਾਰਦੇ ਬਾਈ, ਇਹ ਕਦੇ ਵੀ ਨਹੀਂ ਹੋ ਸਕਦਾ, ਇਹ ਕਿਵੇਂ ਹੋ ਸਕਦਾ? ਨਹੀਂ ਭਾਬੀ, ਝੂਠ ਬੋਲਦਾ ਮੈਂ, ਤੈਨੂੰ ਸੱਚ ਕਹਿਣਾ ਹੈਗਾ, ਮੈਨੂੰ ਆਪ ਕਿਸੇ ਬੰਦੇ ਨੇ ਦੱਸਿਆ ਹੈਗਾ, ਕਹਿੰਦਾ ਜਿਹੜਾ ਤੇਰੇ ਨਾਲ ਦਾ ਭਾਰਤੀ ਸੀ ਉਹਨੂੰ ਮਾਰਤਾ ਰਾਤ, ਕਹਿੰਦਾ ਰਾਤੋਂ ਰਾਤ ਪੁਲਿਸ ਨੇ ਉਹਦਾ ਸੰਸਕਾਰ ਵੀ ਕਰਤਾ। ਨਾ ਨਾ ਬਾਈ, ਮੈਨੂੰ ਤੁਹਾਡੀ ਗੱਲ 'ਤੇ ਵਿਸ਼ਵਾਸ ਨਹੀਂ ਹੈਗਾ, ਉਹਨੂੰ ਕੁਛ ਨਹੀਂ ਹੋ ਸਕਦਾ, ਝੂਠ ਬੋਲਦਾ ਬਾਈ ਤੂੰ, ਉਹ ਆਊਗਾ, ਪੱਕਾ ਆਊਗਾ, ਮੈਨੂੰ ਪੂਰਾ ਵਿਸ਼ਵਾਸ ਆ, ਮੇਰਾ ਮਨ ਕਹਿੰਦਾ ਉਹ ਪੱਕਾ ਆਊਗਾ, ਆਊਗਾ।
ਨਹੀਂ ਆਉਂਦਾ ਪੁੱਤ, ਹੁਣ ਆਪਣਾ ਜੱਸੋ ਨਹੀਂ ਆਉਂਦਾ। ਤੂੰ ਵਿਸ਼ਵਾਸ ਕਰ ਸਾਡੀ ਗੱਲ ਤੇ, ਨਹੀਂ ਆਉਂਦਾ ਪੁੱਤ ਹੁਣ। ਸੱਚੀ ਗੱਲ ਹੈ ਪੁੱਤ, ਨਹੀਂ ਹੈਗਾ ਹੁਣ ਇਹ ਦੁਨੀਆ ਤੇ। ਉਹ ਹੈਗਾ ਬੇਬੇ, ਉਹਨੂੰ ਕੁਛ ਨਹੀਂ ਹੋਇਆ, ਉਹ ਪੱਕਾ ਆਊਗਾ। ਮੇਰੀ ਗੱਲ ਤੇ ਵਿਸ਼ਵਾਸ ਕਰੋ ਤੁਸੀਂ, ਮੇਰੇ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਤੁਸੀਂ? ਪੱਕਾ ਆਊਗਾ ਉਹ। ਮਨ ਲੱਗਿਆ ਹੋਇਆ ਇਹਨੂੰ, ਹੌਲੀ ਹੌਲੀ ਸਮਝਾਓ। ਕੋਈ ਗੱਲ ਨਹੀਂ ਭਾਬੀ, ਸਮਝਾਵਾਂਗੇ। ਇਹ ਗੱਲ ਤੈਨੂੰ ਮੰਨਣੀ ਪੈਣੀ ਹੈ ਭਾਬੀ, ਅਸੀਂ ਵੀ ਮੰਨੀ ਲਈ। ਸੱਚ ਤਾਂ ਸੱਚ ਹੀ ਹੁੰਦਾ, ਬਾਈ ਮਰ ਚੁੱਕਿਆ ਭਾਬੀ। ਨਾ ਮੈਂ ਨਹੀਂ ਮੰਨਦੀ, ਮੈਨੂੰ ਨਹੀਂ ਵਿਸ਼ਵਾਸ ਹੈਗਾ। ਜਿਨ ਤੱਕ ਨਾ ਲਾਸ਼ ਸਾਹਮਣੇ ਨਹੀਂ ਆਉਂਦੀ ਅੱਖਾਂ ਨੇ ਮੇਰੇ, ਨਾ ਮੈਂ ਨਹੀਂ ਮੰਨ ਸਕਦੀ। ਉਹਨੂੰ ਕੁਛ ਨਹੀਂ ਹੋ ਸਕਦਾ, ਮੇਰਾ ਵਿਸ਼ਵਾਸ ਨਹੀਂ ਟੁੱਟ ਸਕਦਾ। ਆਊਗਾ ਗਗਨ, ਉਹ ਆਊਗਾ। ਨਹੀਂ ਆਉਣਾ ਉਹਨੇ ਸੁਖਪਾਲ ਪੁੱਤ, ਨਹੀਂ ਆਉਣਾ। ਤੂੰ ਸਾਡੀ ਗੱਲ ਕਿਉਂ ਨਹੀਂ ਮੰਨਦੀ? ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਬੇਬੇ? ਉਹ ਆਊਗਾ, ਆਊਗਾ। ਬੇਬੇ ਮੈਨੂੰ ਲੱਗਦਾ ਇਹਦਾ ਦਿਮਾਗ ਟਿਕਾਣੇ 'ਤੇ ਨਹੀਂ, ਇਹਨੂੰ ਸਦਮਾ ਲੱਗਿਆ। ਤਾਂ ਹੀ ਤਾਂ ਇਹ ਪਾਗਲਾਂ ਵਾਂਗੂ ਕਰੀ ਜਾਂਦੀ ਹੈ ਵੀ ਉਹ ਆਊਗਾ ਆਊਗਾ। ਉਹੀ ਤਾਂ ਗੱਲ ਹੈ ਪੁੱਤ, ਮੈਨੂੰ ਤਾਂ ਆਪ ਸੋਚ ਲੱਗ ਰਹੀ ਹੈ ਇਹ ਉਦੀ ਰੋਈ ਹੈ, ਮੁੜ ਕੇ ਤਾਂ ਰੋਈ ਨਹੀਂ ਜਿੱਦੇ ਆਪਾਂ ਨੇ ਦੱਸਿਆ। ਰੋਣਾ ਵੀ ਪੁੱਤ ਬਹੁਤ ਜ਼ਰੂਰੀ ਹੈ। ਹੋਰ ਬੇਬੇ, ਜੇ ਇਹਨੇ ਐਂ ਅੰਦਰੋਂ ਅੰਦਰੀ ਦੁੱਖ ਲਾਈ ਰੱਖਿਆ, ਬਾਲਾ ਔਖਾ ਹੋ ਜੂਗਾ। ਹੋਰ ਪੁੱਤ, ਔਖਾ ਤਾਂ ਹੋ ਹੀ ਜਾਊਗਾ, ਔਖਾ ਤਾਂ ਹੋ ਹੀ ਰਿਹਾ ਪੁੱਤ। ਆਪਣੇ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ ਸੁਪਾਲ। ਸੋਨੂੰ ਵੀ ਬਹੁਤ ਬਹੁਤ ਵਧਾਈਆਂ। ਮੈਂ ਤਾਂ ਕਹਿੰਦੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ, ਮੇਰੀ ਉਮਰ ਵੀ ਸੋਨੂੰ ਲੱਗ ਜੇ। ਨਾ ਨਾ, ਇਹ ਨਾ ਕਹਿ, ਆਪਣੇ ਦੋਨਾਂ ਦੀ ਉਮਰ ਲੰਮੀ ਕਰੇ, ਬਾਕੀ ਜਦੋਂ ਲਿਜਾਣਾ ਹੋਵੇ ਆਪਾਂ ਨੂੰ ਇਕੱਠਿਆਂ ਨੂੰ ਲਿਜਾਵੇ। ਕੋਈ ਨਾ ਫਿਕਰ ਨਾ ਕਰੋ ਤੁਸੀਂ, ਆਪਾਂ ਇਕੱਠੇ ਜਾਵਾਂਗੇ। ਬਾਕੀ ਐਡੀ ਖੁਸ਼ੀ ਆਏ ਦੇ ਨਾ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ, ਬਸ ਪਰਮਾਤਮਾ ਆਪਣਾ ਪਿਆਰ ਐਂ ਬਣਾਈ ਰੱਖੇ। ਤੂੰ ਬੇਫਿਕਰ ਹੋ ਜਾ ਸੁਪਾਲ, ਐਂ ਬਣਿਆ ਰਹੂ ਆਪਣਾ ਪਿਆਰ। ਹੈਂ, ਸੱਚ ਮੇਰੀ ਗੱਲ ਸੁਣ, ਮੈਂ ਤਾਂ ਤੈਨੂੰ ਗਿਫਟ ਦੇਣਾ ਸੀ ਯਾਰ, 4-5 ਦਿਨ ਹੋ ਗਏ ਮੈਂ ਤਾਂ ਲਿਆ ਕੇ ਰੱਖੇ। ਹੈ, ਤੁਸੀਂ ਕਦੋਂ ਲਿਆ, ਮੈਨੂੰ ਦੱਸੀ ਨਹੀਂ। ਲੈ, ਤੈਨੂੰ ਕਿਵੇਂ ਦੱਸ ਦਿੰਦਾ, ਸਰਪ੍ਰਾਈਜ਼ ਤਾਂ ਤੈਨੂੰ ਅੱਜ ਦੇਣਾ ਸੀ, ਪਹਿਲੀ ਥੋੜ੍ਹੀ ਦੱਸ ਦਿੰਦੇ ਨੇ। ਇੱਕ ਮਿੰਟ ਬਹਿ ਜਾ, ਮੈਂ ਲਿਆਉਣਾ। ਠੀਕ ਹੈ, ਹੁਣੇ ਆਇਆ ਮੈਂ। ਰੋਕੀ ਹੋਈ ਤੀ ਉਹ, ਬੜੇ ਸਰਪ੍ਰਾਈਜ਼ ਮੈਨੂੰ। ਉਹ ਫਿਰ ਮੈਂ ਆਏ ਸੀ ਨਾ, ਮੈਂ ਜੇ ਪਹਿਲੀ ਦੱਸਤਾ ਫਿਰ ਉਹ ਗੱਲ ਜੀ ਨੀ ਬਣਦੀ। ਹਾਂ, ਮੇਰੀ ਤਾਂ ਇਹ ਇੱਛਾ ਸੀਗੀ ਵੀ ਆਪਣੀ ਐਨਵਰਸਰੀ ਵਾਲੇ ਦਿਨ ਤੂੰ ਪਾਵੇਂ ਇਹ ਸੂਟ। ਅੱਛਾ, ਚੱਲ ਮੈਂ ਪਾਉਣੀ ਆ ਫਿਰ। ਚੱਲ ਪਾ ਲੈ ਪੁੱਤ, ਫਿਰ ਗੁਰਦੁਆਰੇ ਜਾ ਜਾਈਏ, ਮੱਥਾ ਟੇਕ ਆਈਏ ਦੋਨੇ ਜਾਣੇ। ਠੀਕ ਹੈ ਬੇਬੇ, ਮੈਂ ਪਾ ਕੇ ਆਈਆਂ ਦਿਖਾਉਣੀ। ਜਾ ਪਾ ਕੇ ਲਿਆ। ਠੀਕ ਹੈ, ਬਹਿ ਜਾ ਬੇਬੇ। ਖੁਸ਼ੀ ਖੁਸ਼ੀ ਹੋ ਗਈ। ਇਹ ਰੰਗ ਇਹਨੂੰ ਵੀ ਪਸੰਦ ਵਾਲਾ ਹੈ। ਮਹਿੰਗਾ ਲੱਗਦਾ ਸੀ ਨਾ।
ਇਹਨੂੰ ਐਂ ਤਾਂ ਚੱਲ ਹੋਰ ਲੈ ਲਾਂਗੇ ਕੋਈ ਸਸਤਾ ਵੀ ਬਾਹਲੇ ਪੈਸੇ ਲੱਗਣਗੇ ਇਹਦੇ ਤਾਂ ਫਿਰ ਐਂ ਸੋਚ ਲੈਂਦੀ ਆ ਇਹ ਹੋਰ ਚੱਲ ਵਧੀਆ ਤੂੰ ਲਿਆਇਆ ਆ ਗਏ ਹਾਂ ਚੱਲੀਏ ਫਿਰ ਹਾਂ ਚੱਲੀਏ ਚਲੋ ਚੱਲ ਬੇਬੇ ਅਸੀਂ ਜਾ ਆਈਏ ਠੀਕ ਆ ਬੇਟਾ ਬਾਹਰ ਚ ਚੜ ਜਾਂਦੇ ਜੇ ਨਾ ਨਾ ਲੰਘ ਜੂ ਅੱਜ ਪ੍ਰਸ਼ਾਦ ਲੈ ਲਓ ਬਾਬਾ ਜੀ ਦਾ ਲੈ ਪ੍ਰਸ਼ਾਦ ਲੈ ਤੁਸੀਂ ਵੀ ਲੈ ਲਓ ਬਾਬੇ ਨੇ ਪ੍ਰਸ਼ਾਦ ਵੀ ਖਾਸਾ ਦਿੱਤਾ ਦਿੱਤਾ ਸੁਖਪਾਲ ਕਿੱਧਰ ਵੱਗ ਗਈ ਖਾਸਾ ਟਾਈਮ ਹੋ ਗਿਆ ਅੰਦਰੋਂ ਨਿਕਲੀ ਹੋਈ ਨਹੀਂ ਹੈਗੀ ਦੇਖਾ ਭਲਾ ਬੇਬੇ ਅੱਜ ਤੈਨੂੰ ਯਾਦ ਹੈ ਸਾਡੇ ਵਿਆਹ ਦੀ ਨੇ ਵਰੇ ਗੰਢ ਹੈ ਸੁਖਪਾਲ ਤੈਨੂੰ ਕਿੰਨੇ ਵਾਰੀ ਕਹਿਤਾ ਵੀ ਨਹੀਂ ਰਿਹਾ ਇਹ ਦੁਨੀਆ 'ਚ ਨਹੀਂ ਰਿਹਾ ਤੂੰ ਆਖੇ ਕਿਉਂ ਨਹੀਂ ਲੱਗਦੀ ਸਾਡੇ ਭਾਬੀ ਅਸੀਂ ਸਾਰਿਆਂ ਨੇ ਬਾਈ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਾਡੇ ਪਿੰਡ ਦੇ ਗੁਰੂ ਘਰ 'ਚ ਭੋਗ ਵੀ ਪਵਾਤਾ ਅਰਦਾਸ ਵੀ ਕਰਾਤੀ ਤੂੰ ਉੱਥੇ ਵੀ ਨਹੀਂ ਆਈ ਹੁਣ ਅਸੀਂ ਤੈਨੂੰ ਕਿਵੇਂ ਸਮਝਾਈਏ ਕਿਵੇਂ ਵਿਸ਼ਵਾਸ ਦਵਾਈਏ ਹੁਣ ਅਸੀਂ ਇੰਨੇ ਜਣੇ ਝੂਠ ਥੋੜ੍ਹੀ ਬੋਲਦੇ ਹਾਂ ਉਹੀ ਤਾਂ ਗੱਲ ਹੈ ਆਪਣਾ ਕੋਈ ਬੱਸ ਨਹੀਂ ਚੱਲਦਾ ਨਹੀਂ ਇਹਨੂੰ ਲਾਹੌਰ ਦੀ ਜੇਲ੍ਹ 'ਚ ਲੈ ਜਾਈਏ ਉੱਥੇ ਜਾ ਕੇ ਇਹਨੂੰ ਆਪੇ ਪਤਾ ਲੱਗ ਜੇ ਹਾਂ ਸੱਚ ਮਾਮੀ ਲਾਹੌਰ ਦੀ ਜੇਲ੍ਹ ਤੋਂ ਯਾਦ ਆਇਆ ਮੈਨੂੰ ਉੱਥੋਂ ਇੱਕ ਭਾਰਤੀ ਕੈਦੀ ਛੁੱਟ ਕੇ ਆਇਆ ਹੁਣ ਆਪਾਂ ਉਹਦਾ ਪਤਾ ਲੈਂਦੇ ਹਾਂ ਉਹਦੇ ਕੋਲ ਜਾ ਕੇ ਆਈਏ ਉੱਥੋਂ ਗੱਲ ਸਾਰੀ ਪਤਾ ਲੱਗ ਜੂ ਆਪਾਂ ਨੂੰ ਅੱਛਾ ਬਈ ਯਾਰ ਕਿਹੜੇ ਪਿੰਡ ਦਾ ਆਪਾਂ ਮਿਲ ਲੈਂਦੇ ਹਾਂ ਫਿਰ ਉਹਨੂੰ ਹਾਂ ਹਾਂ ਮੈਂ ਚੱਲਦੇ ਆਪਾਂ ਕੱਲ੍ਹ ਨੂੰ ਜਾ ਆਉਂਦੇ ਹਾਂ ਉਹਨੂੰ ਮਿਲ ਲੈਂਦੇ ਹਾਂ ਫਿਰ ਕੱਲ੍ਹ ਨੂੰ ਕੀ ਬਾਈ ਅੱਜ ਹੀ ਵਗ ਜਾਓ ਕਿੰਨੀ ਕੁ ਦੂਰ ਆ ਉਹਨਾਂ ਦਾ ਪਿੰਡ
ਫਿਰ ਤਾਂ ਬਾਈ ਅੱਜ ਹੀ ਜਾਓ ਤੁਸੀਂ। ਹਾਂ ਕਰ ਲੈਂਦੇ ਹਾਂ, ਭਗ ਜਾਂਦੇ ਹਾਂ, ਚੱਲੀਏ ਫਿਰ ਆਪਾਂ। ਹਾਂ ਭਗ ਚੱਲਦੇ ਹਾਂ। ਲੈ ਭਾਬੀ ਆਹ ਬਾਈ ਵੀ ਲਾਹੌਰ ਜੇਲ੍ਹ ਤੋਂ ਆਇਆ, ਇਹ ਮੱਛੀਆਂ ਫੜਦਾ ਫੜਦਾ ਉੱਧਰ ਭੱਗ ਗਿਆ ਸੀ ਗਲਤੀ ਨਾਲ, ਇਹਨੂੰ ਸਾਰੀ ਗੱਲ ਦਾ ਪਤਾ, ਇਹ ਤੋਂ ਪੁੱਛ ਲੈ। ਦੱਸ ਬਾਈ ਸਾਰੀ ਗੱਲ ਭੈਣ ਨੂੰ। ਇਹ ਤਾਂ ਸਾਰੀ ਜੇਲ੍ਹ ਨੂੰ ਪਤਾ ਭੈਣ ਜੀ, ਜਿਹੜਾ ਇਹਨਾਂ ਦਾ ਸਾਥੀ ਸੀ ਜਸਪਾਲ ਸਿੰਘ ਦੱਸਾ, ਉਹ 'ਤੇ ਦੋ ਪਾਕਿਸਤਾਨੀਆਂ ਨੇ ਤਿੱਖੀ ਚੀਜ਼ ਨਾਲ ਜੇਲ੍ਹ 'ਚ ਹਮਲਾ ਕਰਤਾ ਸੀ। ਤਿੱਖੀ ਚੀਜ਼ ਨਾਲ ਉਹਦੇ ਢਿੱਡ 'ਤੇ ਜ਼ਖਮ ਹੋ ਗਿਆ ਸੀ, ਉਹਦੇ ਨਾਲ ਉਹਦੀ ਮੌਤ ਹੋ ਗਈ, ਰਾਤੋ ਰਾਤ ਜੇਲ੍ਹ ਵਾਲਿਆਂ ਨੇ ਸੰਸਕਾਰ ਕਰਤਾ। ਅਸੀਂ ਤੈਨੂੰ ਕਦੋਂ ਇੱਦਾਂ ਕਹੀ ਜਾਂਦੇ ਹਾਂ, ਜ਼ਿੰਦਗੀ ਵਾਸਤੇ ਸੋਚਦੇ ਸੀ ਵੀ ਤੂੰ ਆਪਦੀ ਜ਼ਿੰਦਗੀ ਦਾ ਫੈਸਲਾ ਗਾਹਾਂ ਕਰ ਸਕੇ। ਜੇ ਤੂੰ ਨਹੀਂ ਮੰਨਦੀ ਪੁੱਤ, ਉਹ ਤੇਰੀ ਮਰਜ਼ੀ ਹੈ, ਤਾਂ ਬੈਠੀ ਰਹੇ ਸਾਰੀ ਉਮਰ ਇਸੇ ਘਰ ਚ। ਇਹ ਤੂੰ ਕਿਵੇਂ ਸੋਚ ਲਿਆ ਬੇਬੇ ਵੀ ਮੈਂ ਤੈਨੂੰ ਛੱਡ ਕੇ ਕਿਤੇ ਹੋਰ ਜਾ ਸਕਦੀ ਹਾਂ? ਮੈਂ ਉਹਨਾਂ ਦਾ ਵਾਅਦਾ ਕਰਿਆ ਸੀ ਤੇਰਾ ਧਿਆਨ ਰੱਖਣ ਦਾ, ਮੈਂ ਤਾਂ ਤੇਰੇ ਕੋਲ ਹੀ ਰਹਿਣਾ। ਕੋਈ ਗੱਲ ਨਹੀਂ, ਆ ਜਾਊਗਾ ਕਿਤੇ ਨਾ ਕਿਤੇ ਉਹ ਵੀ। ਪੰਮੀ ਪੰਮੀ ਮੇਰੀ ਗੱਲ ਸੁਣੀ। ਕੀ ਹੋ ਗਿਆ? ਆਹ ਦੇਖ ਖਬਰ ਆਈ ਹੈਗੀ, ਪਾਕਿਸਤਾਨ ਦੀ ਸਰਕਾਰ ਨਾ ਭਾਰਤੀ ਕੈਦੀ ਜਸਪਾਲ ਸਿੰਘ ਜੱਸੇ ਨੂੰ ਛੱਡਣ ਲੱਗੀ ਹੈ। ਹਾਏ ਕੀ ਕਿਹਾ, ਨਾਲੇ ਤੁਸੀਂ ਕਹਿੰਦੇ ਸੀ ਉਹ ਮਰ ਗਿਆ। ਉਹ ਤਾਂ ਮਰ ਗਿਆ ਸੀ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਉਹ ਜਿਉਂਦਾ ਕਿਵੇਂ ਹੋ ਗਿਆ। ਹਾਏ ਤਾਂ ਚਮਤਕਾਰ ਹੀ ਹੋ ਗਿਆ। ਬਹੁਤ ਵੱਡਾ ਚਮਤਕਾਰ ਪੰਮੀ, ਬਹੁਤ ਵੱਡਾ ਚਮਤਕਾਰ। ਤੂੰ ਤਾਂ ਗੱਡੀ 'ਚ ਬਈ ਚੜ੍ਹਨ ਸਾਰੀ ਸੌਂ ਗਿਆ ਸੀ, ਫਿਰ ਤੈਨੂੰ ਉਠਾਈ ਨਹੀਂ ਹੈਗਾ, ਮਹਾਂ ਚੱਲ ਪਈ ਰਹਿਣ ਦੇ, ਹੁਣ ਨਾ ਕੀ ਤਾਂ ਸੁਰਤ ਆ ਗਈ ਤੈਨੂੰ। ਹਾਂ ਹੁਣ ਸੁਰਤ ਆਈ ਹੈ। ਹਾਂ ਫਿਰ ਉਠਾਈ ਨਹੀਂ, ਮਹਾਂ ਚੱਲ ਪਿਆ ਰਹਿਣ ਦੇ। ਫਿਰ ਉੱਥੇ ਮੈਂ ਕਹਿੰਦਾ ਇਹ ਮੰਗੂ ਹੀ ਰਿਹਾ ਨਾ, ਨੀਂਦ ਹੀ ਨਹੀਂ ਆਈ, ਇੱਕ ਤਾਂ ਚਾਅ ਚਾਰ ਹੋ ਗਿਆ ਮੈਂ ਘਰੇ ਜਾਊਂਗਾ। ਹਾਂ ਐਂ ਹੋ ਗਿਆ ਬਾਈ ਯਾਰ, ਇਹ ਤਾਂ ਬਹੁਤ ਵੱਡਾ ਚਮਤਕਾਰ ਹੋ ਗਿਆ। ਸਾਰੀ ਜੇਲ੍ਹ 'ਚ ਤਾਂ ਗੱਲ ਉੱਡੀ ਪਈ ਸੀ ਵੀ ਤੈਨੂੰ ਮਾਰਤਾ, ਮੈਨੂੰ ਇਹ ਸਮਝ ਨਹੀਂ ਲੱਗੀ ਕਹਾਣੀ ਕੀ ਸੀ ਬਾਈ, ਤੂੰ ਉਹ ਦੱਸ ਪਹਿਲਾਂ। ਕਹਾਣੀ ਤਾਂ ਸੱਚੀ ਉਹ ਤੀ ਜਿਹੜੀ ਉੱਡੀ ਸੀ ਗੱਲ, ਹੈਗੀ ਤਾਂ ਸੱਚੀ ਸੀ। ਮੈਂ ਤਾਂ ਪਿਆ ਤੇ ਸੁੱਤਾ, ਦੋ ਪਾਕਿਸਤਾਨੀਆਂ ਨੇ ਹਮਲਾ ਕਰਤਾ ਮੇਰੇ 'ਤੇ, ਮੇਰੇ ਢਿੱਡ 'ਤੇ ਵਾਰ ਕਰੇ ਉਹਨਾਂ ਨੇ, ਕੋਈ ਤਿੱਖੀ ਚੀਜ਼ ਤੀ ਉਹਨਾਂ ਕੋਲ, ਚਾਕੂ ਸੀ ਪਤਾ ਨਹੀਂ ਕੀ ਚੀਜ਼ ਸੀਗੀ। ਅੱਛਾ, ਅਤੇ ਉਹ ਜੇਲ੍ਹ ਪ੍ਰਸ਼ਾਸਨ ਨੇ ਐਂ ਸਮਝ ਲਿਆ ਜਦੋਂ ਬੇਹੋਸ਼ ਹੋ ਗਿਆ ਮੈਂ ਵੀ ਮਰ ਗਿਆ ਤਾਂ। ਹਾਂ ਉਹ ਮੇਰਾ ਸੰਸਕਾਰ ਕਰਨ ਵਗ ਗਏ ਰਾਤੇ ਰਾਤ। ਅੱਛਾ, ਜਦੋਂ ਉੱਥੇ ਜਾ ਕੇ ਮੈਂ ਕੋਈ ਹਿੱਲ ਜੁਲ ਜੀ ਕਰੀ, ਫਿਰ ਉਹ ਮੈਨੂੰ ਚੱਕ ਕੇ ਵਾਪਸ ਹਸਪਤਾਲ ਲੈ ਗਏ। ਅੱਛਾ, ਉੱਥੇ ਮੈਂ ਡੇਢ ਮਹੀਨੇ ਬਾਅਦ ਡਾਕਟਰਾਂ ਨੂੰ ਕਿਹਾ ਵੀ ਇਹ ਬਚ ਰਹੂਗਾ, ਫਿਰ ਉਹਨਾਂ ਨੇ ਗਰੰਟੀ ਲਈ। ਅੱਛਾ, ਹਾਂ ਨਹੀਂ ਮੈਂ ਫਿਰ ਮੈਨੂੰ ਕੋਈ ਸੁਰਤ ਸੰਭਾਲ ਨਹੀਂ ਤੀ ਜੋ ਮੈਨੂੰ ਦੱਸਿਆ ਡਾਕਟਰਾਂ ਨੇ ਸੁਰਤ ਆਈ। ਬਸ ਉਹ ਕਹਾਣੀ ਤਾਂ ਸਾਰੀ ਸੱਚੀ ਵਾਪਰੀ ਤੀ। ਫਿਰ ਇਹਨਾਂ ਨੇ ਡੇਢ ਮਹੀਨੇ ਬਾਅਦ ਫਿਰ ਮੈਨੂੰ ਜਦੋਂ ਮੈਂ ਠੀਕ ਹੋ ਗਿਆ ਹੋਰ ਡੇਢ ਮਹੀਨਾ ਰੱਖ ਕੇ ਫਿਰ ਕਹਿੰਦੇ ਵੀ ਹੁਣ ਤੂੰ ਜਾ। ਹਾਏ ਵੇ ਪੁੱਤ, ਕਿਹੜੇ ਸ਼ਬਦਾਂ ਨਾਲ ਸ਼ੁਕਰਾਨਾ ਕਰਾਂ ਮੈਂ ਵਾਹਿਗੁਰੂ ਦਾ, ਅਸੀਂ ਤਾਂ ਪੁੱਤ ਤੈਨੂੰ ਮਰਿਆ ਸਮਝੀ ਬੈਠੇ ਤੇ। ਬਸ ਮਰ ਕੇ ਜਿਉਂਦਾ ਹੋਣ ਵਾਲੀ ਗੱਲ ਹੀ ਹੈ ਬੇਬੇ, ਮਰ ਕੀ ਬਚਿਆ ਮੈਂ, ਮੈਨੂੰ ਤਾਂ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਨੇ ਬਚਾ ਲਿਆ ਬਸ। ਸਾਡੀਆਂ ਅਰਦਾਸਾਂ ਨੇ ਤਾਂ ਬਾਈ ਬਚਾਇਆ, ਪਤਾ ਨਹੀਂ ਨਹੀਂ ਬਚਾਇਆ, ਪਰ ਇੰਨਾ ਮੈਨੂੰ ਜ਼ਰੂਰ ਪਤਾ ਭਾਬੀ ਦੇ ਵਿਸ਼ਵਾਸ ਨੇ ਤੁਹਾਨੂੰ ਜ਼ਰੂਰ ਬਚਾ ਲਿਆ। ਅਸੀਂ ਸਾਰੇ ਤਾਂ ਬਾਈ ਤੇਰੀ ਮੌਤ ਦਾ ਸੱਚ ਮੰਨ ਚੁੱਕੇ ਸੀ, ਪਰ ਭਾਬੀ ਨਹੀਂ ਮੰਨੀ। ਅਸੀਂ ਇਹਨੂੰ ਸਾਰਿਆਂ ਨੇ ਬਹੁਤ ਸਮਝਾਇਆ ਵੀ ਬਾਈ ਇਸ ਦੁਨੀਆਂ 'ਚ ਨਹੀਂ ਰਿਹਾ, ਪਰ ਇਹ ਨਹੀਂ ਮੰਨੀ। ਇਹਨੇ ਤਾਂ ਬਸ ਇੱਕੋ ਹੀ ਰੱਟ ਲਾਈ ਰੱਖੀ, ਉਹ ਆਊਗਾ ਆਊਗਾ, ਬਸ ਹੋਰ ਇਹਨੂੰ ਕੁਛ ਨਹੀਂ ਸਮਝ ਆਈ। ਹੋਰ ਬਾਈ, ਅਸੀਂ ਤਾਂ ਤੇਰਾ ਭੋਗ ਵੀ ਪਾਤਾ ਸੀ, ਪਰ ਇਹ ਤੇਰੇ ਭੋਗ 'ਤੇ ਵੀ ਨਹੀਂ ਆਈ। ਕਹਿੰਦੀ ਜਿੰਨਾ ਚਿਰ ਉਹਦੀ ਲਾਸ਼ ਨਹੀਂ ਆਉਂਦੀ ਮੈਨੂੰ ਨਹੀਂ ਸੱਚ ਆਉਂਦਾ। ਬਾਈ ਦੁਨੀਆਂ 'ਤੇ ਮੈਂ ਨਹੀਂ ਕਿਸੇ ਦਾ ਵਿਸ਼ਵਾਸ ਦੇਖਿਆ ਇੰਨਾ, ਇਹਦੇ ਵਿਸ਼ਵਾਸ ਨੇ ਤੇਰੀ ਜਾਨ ਬਚਾਈ ਹੈ ਮੈਨੂੰ ਪੱਕਾ ਪਤਾ ਹੈ।
ਅਖੀਰ ਪਰਮਾਤਮਾ ਨੇ ਵੀ ਇਹਦੇ ਵਿਸ਼ਵਾਸ ਅੱਗੇ ਹਾਰ ਮੰਨ ਲਈ ਵੀ ਜੇ ਮੈਂ ਇਹਦਾ ਵਿਸ਼ਵਾਸ ਤੋੜਤਾ ਨਾ ਦੁਨੀਆਂ 'ਤੇ ਵਿਸ਼ਵਾਸ ਖਤਮ ਹੋ ਜੂਗਾ। ਸਹੀ ਗੱਲ ਹੈ ਪੁੱਤ, ਮੈਂ ਮਾਂ ਹੋ ਕੇ ਵੀ ਤੇਰੀ ਮੌਤ ਦਾ ਸੱਚ ਮੰਨ ਲਿਆ ਸੀ, ਪਰ ਇਹਨੇ ਨਹੀਂ ਮਾਂ ਦੀ ਧੀ ਨੇ ਮੰਨਿਆ ਵੀ ਤੂੰ ਮਰ ਚੁੱਕਿਆ। ਮੇਰੀ ਨੂੰਹ ਦਾ ਵਿਸ਼ਵਾਸ ਜਿੱਤ ਗਿਆ ਪੁੱਤ, ਮੇਰੀ ਨੂੰਹ ਦੇ ਵਿਸ਼ਵਾਸ ਨੇ ਮੈਨੂੰ ਮੇਰਾ ਪੁੱਤ ਪੁੱਠਾ ਮੋੜਤਾ। ਇਹ ਤਾਂ ਜ਼ਰੂਰ ਕੋਈ ਰੱਬੀ ਰੂਹ ਹੈ ਪੁੱਤ, ਰੱਬੀ ਰੂਹ ਹੈ ਤਾਂ ਕੋਈ ਨਹੀਂ ਬੇਬੇ, ਮੈਂ ਤਾਂ ਇੱਕ ਆਮ ਸਧਾਰਨ ਜੀ ਔਰਤ ਹਾਂ, ਪਰ ਇੰਨਾ ਜ਼ਰੂਰ ਹੈ ਮੈਂ ਆਪਦਾ ਵਿਸ਼ਵਾਸ ਨਹੀਂ ਡੋਲਣ ਦਿੱਤਾ। ਮੇਰਾ ਮਨ ਹੀ ਨਹੀਂ ਇਹ ਗੱਲ ਮੰਨਣ ਨੂੰ ਤਿਆਰ ਸੀਗਾ, ਪਤਾ ਨਹੀਂ ਕਿਉਂ। ਕਿਉਂਕਿ ਆਪਾਂ ਇਕੱਠੇ ਮਰਨ ਜਿਉਣ ਦੇ ਵਾਅਦੇ ਕੀਤੇ ਸੀ ਨਾ ਸੁਪਾਲ, ਮੈਂ ਬਹੁਤ ਕਸ਼ਟ ਭੋਗਿਆ, ਮੈਨੂੰ ਪਤਾ ਮੈਥੋਂ ਬਿਨਾਂ ਤੁਸੀਂ ਵੀ ਕਸ਼ਟ ਬਹੁਤ ਭੋਗਿਆ ਹੋਊਗਾ। ਬਸ ਤੂੰ ਇਹੀ ਸਮਝ ਲੈ ਵੀ ਪਰਮਾਤਮਾ ਨੇ ਤੇਰੇ ਵਿਸ਼ਵਾਸ ਦੇ ਮੂਹਰੇ ਅਖੀਰ ਆਪਦਾ ਫੈਸਲਾ ਬਦਲ ਲਿਆ। ਸਹੀ ਗੱਲ ਹੈ ਬਾਈ, ਧਰਮ ਨਾਲ ਬਹੁਤ ਖੁਸ਼ੀ ਹੈ, ਪਰਮਾਤਮਾ ਨੇ ਘਰ 'ਚ ਖੁਸ਼ੀਆਂ ਦੁਬਾਰੇ ਮੋੜਤੀਆਂ। ਹਾਂ ਹਾਂ ਸਹੀ ਗੱਲ ਹੈ ਬਾਈ, ਦੁਬਾਰੇ ਮੋੜਦੇ ਖੁਸ਼ੀਆਂ ਜਮਾਂ। ਹੋਰ ਸਹੀ ਗੱਲ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮਦਾਬ, ਨਮਸਕਾਰ, ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਹਰਜੀਤ ਕੌਰ ਗਰਚਾ ਪੂਨਾ, ਗੁਰਬਖਸ਼ ਕੌਰ ਰਾਮਗੜ੍ਹ ਬਰਨਾਲਾ, ਗੁਰਿੰਦਰ ਸਿੰਘ ਮਾਣੂਕੇ, ਬਲਵੰਤ ਸਿੰਘ ਸ਼ੇਰਗਿੱਲ, ਰਿੰਪੀ ਖੜਿਆਲ, ਗੁਰਪ੍ਰੀਤ ਕੌਰ ਡੀ ਐੱਚ ਏ ਲਾਹੌਰ, ਕੁਲਦੀਪ ਮਨਿਆਣਾ, ਰਣਜੀਤ ਕੌਰ ਪੰਧੂਲ ਕੋਠਾ ਗੁਰੂ, ਰੁਪਿੰਦਰ ਕੌਰ ਗੈਲੇਰਾ ਗਾਗਾ, ਸੁਰਬਾਨੀ ਕੌਰ ਦੁਬਈ, ਦੇਸਰਾਜ ਕੌਰ ਹਮੀਰਪੁਰ ਜ਼ਿਲ੍ਹਾ ਨਹੀਂ ਹਿਮਾਚਲ ਪ੍ਰਦੇਸ਼, ਇੰਦਰਜੀਤ ਕੌਰ ਅਤਲਾ, ਹਰਿੰਦਰ ਧੁੰਨਾ, ਬਲਜਿੰਦਰ ਸਿੰਘ ਖੰਨਾ, ਲਵਪ੍ਰੀਤ ਕੌਰ ਹੀਰੋ ਕਲਾਂ, ਖੁਸ਼ਪ੍ਰੀਤ ਕੌਰ ਮੰਡੀ ਕਲਾਂ, ਨਵਨੀਤ ਕੌਰ ਬਦਲਾਂ, ਬਲਰਾਮ ਕੰਗ ਬਠਿੰਡਾ, ਅਜੈਬ ਔਲਖ ਭਲਵਾਨ, ਲਵਪ੍ਰੀਤ ਚਹਿਲ ਬਰਨਾਲਾ, ਹੈਨਰੀ ਸ਼ਰਮਾ ਮਾਨਸਾ, ਵਿਜੇ ਰਾਣੀ ਰਾਏਕੋਟ ਅਤੇ ਮੁਖਤਿਆਰ ਸਿੰਘ ਧੱਗੜ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਵੀਡੀਓ ਵਧੀਆ ਤੋਂ ਵਧੀਆ ਆ ਰਹੀਆਂ ਨੇ, ਹੁਣ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਤਾਈਂ ਲਾਜ਼ਮੀ ਸ਼ੇਅਰ ਕਰਿਆ ਕਰੋ। ਪੇਂਡੂ ਵਿਰਸਾ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਦਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।